ਬੇਬੇ ਦਾ ਲਈਏ ਪਤਾ ਸੁਤਾ। ਬੇਬੇ ਠੀਕ ਆ ਬੇਬੇ ਤੂੰ ਹੁਣ? ਤੂੰ ਕੌਣ ਆ ਪੁੱਤ? ਬੇਬੇ ਮੈਂ ਕੌਣ ਆ? ਤੂੰ ਕੌਣ ਆ? ਮੈਂ ਗੁਰਲਾਲ ਆ, ਤੇਰਾ ਪੁੱਤ ਹੋਰ ਕੌਣ ਆ ਮੈਂ? ਤੂੰ ਲੈ ਬੇਬੇ ਤੂੰ ਐਂ ਕਰਦੀ, ਕੀ ਹੋ ਗਿਆ ਤੈਨੂੰ? ਕੌਣ ਆ? ਲੈ ਮੈਂ ਕੌਣ? ਫਿਰ ਤੂੰ ਐਂ ਕਹੀ ਨੇ ਕਿ ਮੈਂ ਕੌਣ ਆ, ਮੈਂ ਕੌਣ ਆ? ਮੈਂ ਗੁਰਲਾਲ ਆ ਤੇਰਾ ਪੁੱਤ। ਹਰਪ੍ਰੀਤ ਆ ਉੱਡ ਕੇ ਆਉਣ ਉਰੇ ਮੇਰੇ ਕੋਲੇ, ਭੱਜ ਕੇ ਆ ਉਰੇ। ਆ ਬੇਬੇ ਨੂੰ ਕੀ ਹੋਇਆ? ਬੇਬੇ ਕਹਿੰਦੀ ਕਿ ਮੈਂ ਤੈਨੂੰ ਜਾਣਦੀ ਨਹੀਂ। ਬੇਬੇ ਤਾਂ ਐਂ ਕਹੀ ਜਾਂਦੀ ਏ। ਬੇਬੇ ਬੇਬੇ ਤੂੰ ਕੌਣ ਆ? ਹਰਪ੍ਰੀਤ ਆ? ਹਾਂ ਹਰਪ੍ਰੀਤ ਕੌਣ ਆ ਤੂੰ? ਲੈ ਕੇ ਕੌਣ ਹੈ ਤੂੰ ਐਂ ਕਹਿ ਰਿਹਾ? ਹਰਪ੍ਰੀਤ ਆ ਮੈਂ ਤੇਰੀ ਨੂੰਹ ਆ, ਤੇਰਾ ਮੁੰਡਾ ਹੋਰ ਕੌਣ ਆ? ਸਿਆਣੀ ਹੁੰਦੀ ਆ ਭੂਆ? ਭੂਆ ਭੂਆ ਤੂੰ ਪੁੱਛ ਸੀਲਾ, ਤੇ ਸਿਆਣੀ ਆ ਸਾਡੀ, ਤੂੰ ਕੌਣ ਆ? ਲੈ ਕੌਣ ਹੈ? ਲੈ ਮੈਂ ਮਾਇਆ, ਉਹ ਕੌਣ ਹੈ? ਮਾਇਆ ਮੈਂ, ਮਾਇਆ ਤੇਰੀ ਨਣਦ ਆ, ਜਿਹੜਾ ਨਣਦ ਭਰਜਾਈ ਤੁਸੀਂ ਲੜਦੀਆਂ ਸੀ, ਯਾਦ ਆ ਗਿਆ? ਬੇਬੇ ਨੂੰ ਕੀ ਹੋ ਗਿਆ? ਬੇਬੇ ਖੜੀ ਹੋ, ਲੈ ਖੜੀ ਹੋ, ਬੇਬੇ ਨੂੰ ਖੜੀ ਬੈਠੀ ਹੋ, ਸੈੱਟ ਹੋ ਗਈ, ਇਹਦਾ ਆਪ ਸੈੱਟ ਹੋ ਗਈ, ਬਾਲੀ ਆਪ ਸੈੱਟ ਹੋਈ ਪਈ ਹੈਗੀ। ਹਾਂ ਇਹਨੂੰ ਹੋ ਗਈ ਕਿਆ ਬੇਬੇ ਨੂੰ? ਪਤਾ ਨਹੀਂ ਕੀ ਹੋ ਗਿਆ। ਬੇਬੇ ਕੌਣ ਹੈ ਤੂੰ? ਹਰਪ੍ਰੀਤ ਆ ਹੁਣ ਪਛਾਣ ਆ ਗਈ। ਹਰਪ੍ਰੀਤ ਹਰਪ੍ਰੀਤ ਆਪਣੀ ਹਰਪ੍ਰੀਤ। ਉਹ ਸੁਣਦਾ ਨੀ, ਇਹ ਤਾਂ ਜਿਵੇਂ ਦੌਰਾ ਨੀ ਪੈ ਗਿਆ ਸੀ, ਦੌਰਾ ਪੈ ਕੇ ਮੈਨੂੰ ਤਾਂ ਲੱਗਦਾ ਆਪਾਂ ਨੂੰ ਭੁੱਲ ਗਈ ਸਾਰਿਆਂ ਨੂੰ ਇਹ। ਅੱਛਾ ਜਿਹੜਾ ਦੌਰਾ ਪਿਆ ਸੀ, ਦੌਰੇ ਕਰਕੇ ਆਏ ਹੋ? ਦੌਰੇ ਕਰਕੇ ਆਏ ਹੋ ਗਈ। ਭੂਆ ਦੇਖ ਲੈ ਆ ਕੀ ਗੱਲ ਹੋ ਗਈ ਮੇਰੀ ਮਾਂ ਨਾਲ, ਹੁਣ ਕੀ ਕਰੀਏ ਭੂਆ? ਇਹ ਤਾਂ ਹੁਣ ਜਮੀ ਕੰਮ ਖਰਾਬ ਹੋ ਗਿਆ, ਮੇਰੀ ਬੇਬੇ ਨੂੰ ਪਤਾ ਨੀ ਕੀ ਹੋ ਗਿਆ ਦੌਰੇ ਤੋਂ ਬਾਅਦ। ਇਹਨੂੰ ਕੋਈ ਦਵਾਈ ਦਵੂਈ ਦਵਾ ਲਾਂਗੇ, ਆਪਣੇ ਪੈਸੇ ਹੀ ਨੀ ਨਿਕਲਣੇ ਜੇ ਇਹਨੂੰ ਕੁਛ ਹੋ ਗਿਆ, ਐਂ ਹੋਰ ਸਿਰ ਤੋਂ ਹੋ ਗਈ। ਭੂਆ ਦੇਖ ਲੈ ਤੈਨੂੰ ਤਾਂ ਪੈਸਿਆਂ ਦੀ ਹੋਈ ਪਈ ਆ, ਹੈਂ? ਹੋਰ ਪੈਸੇ ਨਹੀਂ ਨਿਕਲਣੇ, ਪੈਸੇ ਨਹੀਂ ਨਿਕਲਣੇ, ਮੇਰੀ ਮਾਂ ਦੀ ਜਾਨ ਦੀ ਤੈਨੂੰ ਕੋਈ ਨਹੀਂ ਹੈਗੀ? ਮਾਂ ਦਾ ਕੀ ਹੁੰਦਾ ਨੇ, ਉਹ ਠੀਕ ਹੋ ਜਾਈ। ਮਾਂ ਨੂੰ ਵੀ ਠੀਕ ਆ, ਪੈਸੇ ਪੈਸੇ ਕੋਈ ਨਹੀਂ ਹੁੰਦਾ। ਪਤਾ ਹੀ ਹੋਊਗਾ ਭੂਆ, ਹਾਂ ਪਹਿਲਾਂ ਹੀ ਹੋਈ ਹੈ ਕਦੇ ਮੇਰੀ ਬੇਬੇ? ਇਹ ਪਹਿਲਾਂ ਹੋ ਗਈ ਸੀ ਕਿ ਆਈ ਆਈ ਜੇ? ਅੱਛਾ ਪਹਿਲਾਂ ਵੀ ਹੋ ਗਈ ਸੀ? ਹਾਂ ਹੋ ਗਈ, ਬੜਾ ਚਿਰ ਹੋ ਗਿਆ ਗੱਲ ਨੂੰ, ਆਈ ਆਈ ਕਿਨੇ ਤੂੰ? ਹਾਂ ਬਸ ਸੱਟ ਜੇ ਹੋ ਜਾਂਦੀ ਹੈ। ਦਵਾਈ ਦਵਾਈ ਸੀ ਕਿੱਥੋਂ ਠੀਕ ਹੋਈ ਸੀ? ਇਹ ਡਾਕਟਰ ਦੇ ਲੈ ਗਏ ਸੀ ਫਿਰ ਉੱਥੇ ਮਾਨਸਾ। ਮਾਨਸਾ ਤਾਂ ਠੀਕ ਹੋ ਗਈ? ਹਾਂ ਮਾਨਸਾ ਤਾਂ ਠੀਕ ਹੋ ਗਈ। ਤੈਨੂੰ ਪਤਾ ਕਿਹੜੇ ਡਾਕਟਰ ਨੇ ਦਵਾਈ ਦਿੱਤੀ? ਹਾਂ ਮੈਨੂੰ ਪਤਾ ਹੈਗਾ, ਲੈ ਚੱਲਾਂਗੇ ਕੋਈ ਨਹੀਂ ਉੱਥੇ। ਲੈ ਹੁਣ ਉਹਦਾ ਹੋਰ ਨਵਾਂ ਪੰਗਾ ਖੜਾ ਹੋ ਗਿਆ, ਹੁਣ ਰੁਪਈਏ ਹੋਰ ਲੱਗਣ ਨੂੰ ਥਾਂ ਹੋ ਗਿਆ ਤਾਂ। ਫਿਰ ਹੁਣ ਰੁਪਈਏ ਤਾਂ ਲੱਗਣਗੇ, ਉਹ ਤਾਂ ਲੱਗਣਗੇ ਪੈਸੇ ਤਾਂ। ਫਿਰ ਉਹਨੂੰ ਆਪਾਂ ਲੈ ਕੇ ਚੱਲੀਏ, ਕਿਵੇਂ ਕਰੀਏ ਹੁਣ? ਮੈਂ ਤਾਂ ਕੰਮ ਵੀ ਬੜਾ ਸੀ ਖੇਤ। ਤੂੰ ਕਹਿਆ ਕੋਈ ਕੰਮ ਆ, ਜਾਇਆ ਜਾਇਆ ਕੰਮ ਕੰਮ ਮੈਂ ਜਾਇਆ, ਮੈਂ ਕੰਮ ਆ ਜਾਇਆ, ਫਿਰ ਦੇਖ ਲਾਂ ਮਾੜਾ ਮੋਟਾ ਦਿਮਾਗ ਠੀਕ ਹੀ ਹੋ ਜਾਏ। ਦੇਖਦੀਆਂ ਮੈਂ ਤਾਈ ਨੂੰ ਪੁੱਛਦੀ ਆ, ਤਾਈ ਕੋਲੇ ਕੀ ਨੰਬਰ ਨੰਬਰ ਹੋਵੇਗਾ ਡਾਕਟਰ ਦਾ। ਚਲ ਐ ਕਰ ਲਿਓ। ਹਾਂ ਲੈ ਮੈਨੂੰ ਤਾਂ ਹੋਰ ਨਵਾਂ ਫਿਕਰ ਖੜਾ ਹੋ ਗਿਆ ਹੁਣ। ਫਿਕਰ ਤਾਂ ਹੋਈ ਐ ਕਰੀ, ਬੇਬੇ ਤਾਂ ਕਿਸੇ ਨੂੰ ਨਹੀਂ ਸਿਆਣਦੀ। ਭੈਣ ਕੋਲੇ ਨਾ ਗੱਲ ਕਰੀ, ਮੈਂ ਤੈਨੂੰ ਦੱਸਾਂ ਉਹਨੂੰ ਨਾ ਪਤਾ ਲੱਗੇ ਬੇਬੇ ਇਹੋ ਜੀ ਐ। ਭੈਣ ਕੋਲੇ ਤਾਂ ਮੈਂ ਹੁਣ ਕੀ ਗੱਲ ਕਰੂੰਗਾ, ਪਤਾ ਤਾਂ ਫਿਰ ਲੱਗੂਗੇ, ਹੁਣ ਸਭ ਨੂੰ ਲੱਗੂਗਾ ਜੇ ਆਈ ਰਹੀ ਮਾਂ। ਉਹ ਠੀਕ ਹੋ ਜੂ ਜੋ ਤੇ ਹੋ ਜੂ ਠੀਕ, ਤੂੰ ਸੋਚ ਨਾ ਕਰ। ਚੰਗਾ ਹੁਣ ਮੈਂ ਤਾਂ ਖੇਤ ਗਿਆ ਕਰ, ਖੇਤ ਜਾ ਤੇ ਆਉਂਦੇ ਨੂੰ ਠੀਕ ਹੋ ਜੂ ਤੇਰਾ। ਕੋਈ ਇੱਥੋਂ ਮਾੜਾ ਮੋਟਾ ਮੈਂ ਡਾਕਟਰ ਨੂੰ ਭੇਜ ਦੂੰ, ਇੱਥੋਂ ਕੋਈ ਦਵਾਈ ਬੂਟੀ ਦੇ ਕੇ ਦੇਖ ਲਓ। ਚੱਲ ਕੋਈ ਨਹੀਂ ਦੇਖ ਲਾਂਗੇ ਭੂਆ, ਤੇ ਮੈਂ ਆਪੇ ਜਾ ਮੰਗਿਆ ਡਾਕਟਰ ਕੋਲ। ਤੁਸੀਂ ਉਹਨੂੰ ਸਾਹਮਣੇ, ਚੰਗਾ ਚੰਗਾ ਮੈਂ ਤਾਂ ਖੇਤ ਜਾਣਾ। ਚਲੋ ਜਾ, ਹੋਰ ਹੀ ਨਵੀਂ ਪੰਗਾ ਖੜਾ ਹੋ ਗਿਆ। ਕੋਈ ਨਹੀਂ ਪੰਗਾ ਕਾਹਦਾ, ਆਰਾਮ ਆ ਜਾਊਗਾ, ਕੁਛ ਨਹੀਂ ਹੁੰਦਾ ਇਹਨੂੰ। ਹੁਣ ਕਿਵੇਂ ਕਰਾਂਗੇ ਜੇ ਨਾ ਬੇਬੇ ਲੋਟ ਹੋਈ? ਲੈ ਦੌਰਾ ਕਾਹਦਾ ਪੈ ਗਿਆ, ਇਹ ਸਾਰੀਆਂ ਗੱਲਾਂ ਭੁੱਲ ਗਈਆਂ, ਯਾਦਾਸ਼ਤੀ ਭੁੱਲ ਗਈ, ਹੋ ਗਿਆ ਬੜੀ ਗੱਲ ਹੋਈ। ਹੁਣ ਮੈਂ ਕੰਮ ਜਾਣਾ ਖੇਤ, ਮੇਰਾ ਕਿਹੜਾ ਹੁਣ ਚਿੱਤ ਲੱਗੂਗਾ ਕੰਮ 'ਚ? ਚੱਲ ਦੇਖੀ ਜੋ ਫਿਰ, ਖੇਤ ਤਾਂ ਜਾਣਾ ਹੀ ਪਊਗਾ ਹੁਣ। ਭੂਆ
ਅਬ ਹੁਣ ਕੀ ਕਰੀਏ, ਹੁਣ ਤਾਂ ਪੰਗਾ ਹੀ ਖੜਾ ਹੋ ਗਿਆ। ਕੋਈ ਨੀ, ਪੰਗਾ ਕਾਸੇ ਦਾ ਨੀ ਗਾ, ਤੇ ਚਾਹ ਕਰ ਲਿਆ। ਚਾਹ ਕਰਕੇ ਲਿਆਵਾਂ? ਆਹੋ ਚਾਹ ਕਰ ਲਿਆ, ਪਿਆ ਲਿਆਂਗੇ। ਆਹੋ ਚਾਹ। ਚੰਗਾ, ਤੂੰ ਨੀ ਨਿਗਾ ਰੱਖੀ? ਮੈਂ ਬੈਠੀ ਆ ਇਹਦੇ ਕੋਲ। ਕੋਈ ਨਹੀਂ ਇਹਦੇ, ਕਿਧਰੇ ਨਹੀਂ ਜਾਂਦੀ। ਚੰਗਾ, ਮੈਂ ਚਾਹ ਬਣਾਉਂਦੀ ਹਾਂ। ਚੰਗਾ ਬਣਾ ਲੈ। ਹਾਏ ਧੁੱਪ ਚੜ ਗਈ, ਦਰੀ ਬੁਣਨ ਜਾਂਦੀ ਆ ਮੈਂ ਤਾਂ। ਮੈਂ ਸਾਰੇ ਕੋਲ ਕਿੱਧਰ ਜਾਂਦੀ ਆ ਬਾਬਾ? ਦਰੀ ਬੁਣਨ ਜਾਂਦੀ ਮੈਂ, ਦਰੀ ਲਾਈ ਸੀ ਕੱਲ। ਕਿੱਥੇ? ਮੈਂ ਸਹੇਲੀ ਕੇ ਘਰੇ। ਤੂੰ ਕਿਹੜੇ ਕੇ ਮੈਂ ਬੁਣਨ ਜਾਂਦੀ? ਤੇ ਬਹਿ ਜਾ ਇੱਥੇ। ਦਰੀ ਬੁਣਨ ਜਾਂਦੀ ਆ ਮੈਂ। ਨਹੀਂ, ਦਰੀ ਬੁਣਨ ਜਾਂਦੀ ਆ। ਤੂੰ ਮਾਓ ਕਾ ਇੱਥੇ ਬਹਿ ਜਾ, ਆਪਣੇ ਘਰੇ ਕਿਹੜੇ ਹੁਣ ਤੇ ਆ ਗਏ ਗੱਲਾਂ ਕਰੀਏ। ਕਿੱਧਰ ਬੇਬੇ, ਕਿੱਧਰ ਜਾਂਦੀ ਆ? ਦਰੀ ਬੁਣਨ ਜਾਂਦੀ ਆ। ਦਰੀ ਕਿਹੜੀ? ਦਰੀ ਦਰੀ ਲਾਈ ਸੀ। ਕਿੱਦੇ ਲਾਈ ਸੀ? ਉੱਥੇ ਮੇਰੇ ਸਹੇਲੀ ਬੁਣੀ ਜਾਂਦੀ ਕੱਲੀ। ਨਹੀਂ ਬੁਣੀ ਜਾਂਦੀ, ਤੂੰ ਬਹਿ ਜਾ ਅੰਦਰ। ਨਹੀਂ ਬਹਿ ਜਾ ਤੂੰ। ਨਾ ਮੈਂ ਤਾਂ ਉੱਥੇ ਚੱਲ ਚੱਲ ਬੇਬੇ। ਨਹੀਂ ਮੈਂ ਤਾਂ ਬੈਠਾਂ ਨਹੀਂ। ਤੂੰ ਰੇ ਬੈਠ ਮੰਜੇ ਤੇ। ਤੂੰ ਐ ਤਾਂ ਪੰਗਾ ਹੋ ਗਿਆ, ਮੈਨੂੰ ਤਾਂ ਲੱਗਦਾ ਇਹ ਸੱਤਾ ਕੇ ਬੰਨਣੀ ਪਊਗੀ। ਕਾਹਨੂੰ ਐਂ? ਹਾਂ ਤੂੰ ਮੇਰੀ ਸੱਸ ਐ, ਮੈਂ ਤੇਰੀ ਨੂੰਹ ਆ। ਲੈ ਮੈਂ ਸਹੇਲੀ ਕੋਲ ਜਾਂਦੀ ਆ। ਆ ਕਿਹੜੀ ਸਹੇਲੀ ਕੋਲ ਜਾਂਦੀ ਐ? ਹਾਏ ਮੈਨੂੰ ਜਾਣ ਨਹੀਂ ਦਿੰਦੇ। ਸਹੇਲੀ ਦਰੀ ਲਾਈ ਸੀ ਕੱਲ ਮੈਂ, ਮੇਰੀ ਸਹੇਲੀ ਕੋਲ। ਆ ਕੌਣ ਐ ਪਹਿਲਾਂ? ਇਹ ਬੇਬੇ ਆ। ਬੇਬੇ ਛੱਡਦੀ ਨਹੀਂ। ਤੂੰ ਬਾਹਰ, ਤੈਨੂੰ ਕੋਈ ਸੁਰਤ ਨਹੀਂ ਹੈਗੀ। ਕਿਹੜੀਆਂ ਤੂੰ ਦਰੀਆਂ ਬੁਣਨ ਜਾਂਦੀ ਆ? ਬੇਸੁਰਤ ਹੋ ਰਹੀ ਐ। ਮੈਂ ਤਾਂ ਦਰੀ ਲਾਈ ਸੀ ਕੱਲ ਰਾਤ, ਰਾਤ ਵੀ ਬੁਣੀ ਸੀ। ਆ ਦੇਖ ਉਹ ਕਮਾ ਵਾਲ ਲੱਗਦੀ ਐ। ਭੂਆ ਲੱਗਦੀ ਐ, ਭੂਆ ਮੇਰੀ ਨੰਦ ਐ। ਹਾਂ ਬੇਬੇ ਚੱਲ, ਬੇਬੇ ਮੈਂ ਦਰੀ ਬੁਣਨੀ ਆ। ਤੂੰ ਬਾਹਰ ਕਿੱਥੇ ਜਾ? ਬਹਿ ਜਾ, ਬਹਿ ਜਾ, ਬਹਿ ਜਾ ਤੂੰ, ਬਹਿ ਜਾ। ਮੈਂ ਤਾਂ ਬਹਿ ਜਾ, ਕੋਈ ਨਹੀਂ ਦਰੀ ਤੇ ਮੈਂ ਵੱਗ ਜੂ। ਮੈਂ ਬੁਣੇ ਹੁਣ ਤੇਰੀ ਦਰੀ ਅੱਜ ਦਾ ਦਿਨ, ਤੂੰ ਸੌ ਜਾ। ਬਹਿ ਜਾ, ਇਹ ਤਾਂ ਪੰਗਾ ਹੀ ਕਰ ਲਿਆ ਖੜਾ। ਵਿਚਾਰੀ ਮਾਰਤੀ ਦੌਰੇ ਨੇ, ਦੌਰਾ ਪੈ ਗਿਆ। ਕਾਹਦਾ ਦੌਰਾ ਪੈ ਗਿਆ? ਚਾਹ ਲਿਆ ਆਪਣੇ ਆਪ ਪੀਤ ਕਰਕੇ, ਚਾਹ ਪੈ ਗਈ, ਪੰਗਾ ਹੀ ਹੋ ਗਿਆ ਖੜਾ। ਬੂਹੇ ਮਰ ਜਾ, ਨਵੇਂ ਕੰਮ ਖੜਾ ਹੋ ਗਿਆ, ਇਹੋ ਜਿਹਾ ਕਰੰਟ ਲਾਇਆ। ਬੁੜੀ ਤਾਂ ਸਾਰਾ ਕੁਛ ਹੀ ਭੁੱਲ ਗਈ, ਉਹ ਤਾਂ ਕਹਿੰਦੀ ਮੈਂ ਤਾਂ ਜਾਣਦੀ ਨੀ ਤੁਹਾਨੂੰ ਕੌਣ। ਕਿਧਰੋਂ ਭੂਆ ਲੈ ਦਰਨਾ ਦਾ, ਕਿਧਰੋਂ ਚੱਕ ਕੇ ਵੇਗੀ? ਇਹ ਦਰਨਾ ਦੀ ਕਿਹੜੀ ਗੱਲ ਹੈ? ਇਹ ਬੇਸੁਰਤ ਹੋ ਗਈ, ਕਰੰਟ ਲਾਏ ਨਾ। ਨਹੀਂ ਬੇਸੁਰਤ ਤਾਂ ਹੋ ਗਈ, ਫਿਰ ਦਰੀ ਬੁਣ ਕੇ ਜਾਂਦੀ ਹੈ? ਫਿਰ ਹੁਣ ਜਿਵੇਂ ਮਨ ਚ ਆਈ ਜਾਂਦੀਆਂ ਉਵੇਂ ਆਪ ਕਰੀ ਜਾਂਦੀ, ਕੱਢੀ ਜਾਂਦੀ, ਅਪਸੈਟ ਹੋ ਗਈ। ਕਿਤੇ ਪਹਿਲਾਂ ਪੁਰਾਣੀਆਂ ਗੱਲਾਂ ਤਾਂ ਨਹੀਂ ਤੇ ਪੁਰਾਣੀਆਂ ਯਾਦ ਆਉਂਦੀਆਂ? ਹਾਂ ਉਹੀ ਪੁਰਾਣੀਆਂ ਯਾਦ ਆਉਂਦੀਆਂ, ਤੇ ਮੈਂ ਤਾਂ ਮਖਾਏ ਕਹਿੰਦੀ ਮੈਂ ਵਗ ਜਾਂਦੀ। ਵਗ ਜਾਂਦੀ ਭੂ, ਗੱਲਾਂ ਕਿਹੜੀਆਂ ਕਰਦੀ ਹੁਣ? ਅੱਛਾ ਆਖਣੀ ਹੁਣ ਲਗਾ ਕੇ ਕਰੰਟ ਮੇਰੀ ਬੇਬੇ ਨੂੰ, ਪਾ ਕੇ ਉਹਨੂੰ ਮੰਜੇ ਤੇ, ਹੁਣ ਤੂੰ ਜਾਣ ਦੀਆਂ ਗੱਲਾਂ ਕਰਦੀ ਐ ਭੂਆ? ਉਹਨਾਂ ਚਿਰ ਨਹੀਂ ਮੈਂ ਜਾਣ ਦਿੰਦੀ ਜਿੰਨਾ ਚਿਰ ਮੇਰੀ ਬੇਬੇ ਠੀਕ ਹੁੰਦੀ ਤੇ ਪੈਸੇ ਨਹੀਂ ਨਿਕਲਦੇ। ਉਹਨਾਂ ਫਸ ਗਏ ਵੀ ਇਹ, ਇਹਨਾਂ ਦੋਨਾਂ ਨੇ ਰਲ ਕੇ ਕਰੰਟ ਲਾਇਆ। ਉਹ ਨਹੀਂ ਫਸ ਦੇਣਾ, ਐਵੇਂ ਡਰਨਾ? ਮੈਂ ਤੈਨੂੰ ਦੱਸਾਂ, ਤੂੰ ਤਾਂ ਮਾੜੇ ਨਹੀਂ ਡਰਨ ਲੱਗ ਗਈ। ਤੇ ਮੁੰਡਾ ਮੇਰੇ ਸਿਰ ਲਾ ਦੂਗੀ ਭੂਆ, ਤੂੰ ਤਾਂ ਸਾਡੇ ਮੇਰੀ ਮਾਂ ਨੂੰ ਮਾਰਤਾ ਸੀਗਾ, ਹਜੇ ਤੈਨੂੰ ਤਾਂ ਕੁਛ ਕਹਿਣਾ। ਫਿਰ ਉਹਨੂੰ ਆਪਾਂ ਕਿਹੜਾ ਦੱਸਣਾ ਵੀ ਅਸੀਂ ਕਰੰਟ ਲਾਏ ਨੇ? ਉਹਨੂੰ ਕਿਹੜਾ ਪਤਾ ਲੱਗਣ ਤਾਂ ਪੈ ਕੇ ਵੀ ਦੌਰਾ ਪੈ ਗਿਆ? ਖੂਹ ਚ ਵੜ ਕੇ ਗੱਲ ਉੱਥੋਂ ਵੀ ਨਿਕਲ ਆਉਂਦੀ ਹੈ? ਨਹੀਂ ਨਿਕਲਦੀ ਨਾ, ਪਰ ਜਦੋਂ ਇੰਨਾ ਡਰ ਸੀ ਭੂਆ ਤੈਨੂੰ, ਗੱਲ ਖੂਹ ਚੋਂ ਵੀ ਨਿਕਲ ਆਉਂਦੀ, ਫਿਰ ਉਦੋਂ ਕਦਵਾਈ ਕਿਉਂ ਸੀ? ਉਦੋਂ ਦੇਖਣਾ ਸੀ ਤੇ ਉਹ ਮੈਨੂੰ ਕੀ ਪਤਾ ਸੀ, ਆਏ ਮੈਂ ਜਦ ਸਿੱਟ ਹੋ ਜਾਂਦਾ ਹੁੰਦਾ, ਕਹਿੰਦੇ ਬਿਜਲੀ ਦਾ ਜੇ ਸਿੱਟ ਹੋ ਜਾਂਦਾ ਉਦੋਂ ਤਾਂ ਲਾ ਸੀ ਆਪਾਂ ਤਾਂ। ਫਿਰ ਹੁਣ ਉਹੀ ਗੱਲ, ਕੁਵੇਂ ਤਾਂ ਇਹਦਾ ਹੱਲ ਕੋਈ ਤਾਂ ਕੱਢਣਾ ਪਊਗਾ, ਕਿਤੋਂ ਤਾਂ ਆਪਾਂ ਨੂੰ ਦਵਾਈ ਬੂਟੀ ਦਵਾਉਣੀ ਪਊਗੀ। ਨਾ ਜਿਹੜੇ ਤੂੰ ਐਂ ਕਹਿੰਦੀ ਸੀ ਉਹਨੂੰ ਕਿ ਪਹਿਲਾਂ ਵੀ ਹੋ ਗਈ ਸੀ, ਵਿਆਹ ਤੋਂ ਬਾਅਦ 5-4 ਸਾਲ ਉਦੋਂ ਹੋਈ ਸੀ? ਉਦੋਂ ਤਾਂ ਹੋ ਗਈ ਸੀ, ਡਾਕਟਰ ਤੇ ਆਰਾਮ ਆ ਗਿਆ ਸੀ ਨਾ। ਉਦੋਂ ਕੀ ਹੋਇਆ ਸੀ ਫਿਰ? ਦੌਰਾ ਪੈ ਗਿਆ ਸੀ, ਫਿਰ ਉਦੋਂ ਦਾ ਦੌਰਾ ਪਿਆ ਸੀ, ਹੁਣ ਤਾਂ ਆਪਾਂ ਨੂੰ ਪਤਾ ਹੀ ਵੀ ਦੌਰਾ ਨੀ ਪਿਆ। ਆਹੋ ਵੀ ਹੁਣ ਤਾਂ ਕਰੰਟ ਲੱਗਿਆ, ਹੁਣ ਤਾਂ ਇਹਦਾ ਕੋਈ ਹੋਰ ਇਲਾਜ ਲੱਭੀਏ, ਇਲਾਜ ਕੋਈ ਜਿੰਨਾ ਚਿਕਰ ਇਲਾਜ ਨੀ ਬਣਦਾ ਪੂਰਾ, ਮੇਰੀ ਬੇਬੇ ਦਾ, ਮੇਰੀ ਬੇਬੇ ਠੀਕ ਨੀ ਹੁੰਦੀ, ਪੈਸੇ ਨੀ ਨਿਕਲਦੇ।
ਤੈਨੂੰ ਨੀ ਮੈਂ ਜਾਣ ਦਿੰਦੀ, ਤੈਨੂੰ ਤਾਂ ਰਹਿਣਾ ਪਊ ਮੇਰੇ ਕੋਲ। ਠੀਕ ਨੀ ਹੁੰਦੀ ਜਿੰਨਾ ਚਿਰ ਓਹਨੂੰ ਕੋਈ ਦਵਾਈ ਬੂਟੀ ਨੀ ਮਿਲਦੀ। ਦਵਾਈ ਬੂਟੀ ਤਾਂ ਕੋਈ ਨੀ, ਆਪਾਂ ਪਤਾ ਕਰ ਲਾਂਗੇ ਫਿਰ। ਹੁਣ ਆਪਾਂ ਨੂੰ ਤਾਂ ਦੌਰੇ ਹੀ ਕਹਿਣਾ ਪਊ ਜੇ ਹੁਣ ਸਹੀ ਗੱਲ ਸਾਹਮਣੇ ਆ ਗਈ। ਐਂ ਦੱਸ ਤਾ ਵੀ ਅਸੀਂ ਕਰੰਟ ਲਾਇਆ। ਉਹ ਗੱਲ ਤਾਂ ਆਊਗੀ ਸਾਹਮਣੇ ਇੱਕ ਦਿਨ। ਨਹੀਂ ਆਉਂਦੀ, ਤੂੰ ਚੱਲ ਚਾਹ ਪੀ ਗਏ, ਮੈਂ ਮੇਰੇ ਬੇਬੇ ਨੂੰ ਪੈ ਦਾਨੇ ਆ। ਉਹਦਾ ਹੁਣ ਕੀ ਪਤਾ ਹੈਗਾ ਭੈਣੇ, ਗੱਲਾਂ ਚੱਲ ਪੁੱਛ ਕੇ ਦੇਖੀਏ ਇਹਨੂੰ ਵੀ ਬੇਬੇ ਚਾਹ ਪੀਏਗੀ। ਹਾਂ ਪੁੱਛ ਲਾ, ਚੱਲ ਠਾ ਤੂੰ ਸੀਨਾ, ਚਾਹ ਪੀ ਲਾ, ਚਾਹ। ਕੌਣ ਤੂੰ? ਚਾਹ ਪੀ ਲੈ, ਤੇਰੀ ਮਾਂ ਹੈ ਇਹ, ਹੁਣ ਤਾਂ ਬੇਬੇ ਕਹੀ ਜਾਂਦੀ ਸੀ। ਚਾਹ ਪੀ ਲੈ, ਬਹਿ ਜਾ। ਚਾਹ ਪੀਣੀ ਹੈ? ਚਾਹ ਚਾਹ ਹਾਂ ਚਾਹ ਪੀ ਲੈ, ਫੜਾ ਦੇ, ਚਾਹ ਤਾਂ ਪੀ ਲੂਗੀ, ਫੜਾ ਦੇ। ਚਾਹ ਪੀਣੀ ਹੈ? ਪੀ ਲੂਗੀ, ਫੜਾ। ਕੀ ਆ? ਚਾਹ ਹੈ ਬੇਬੇ, ਚਾਹ ਪੀ ਲਾ, ਚਾਹ ਪੀ ਲਾ। ਆਹਦਾ ਕਮਲੇ ਬੰਦੇ ਨੂੰ ਪਤਾ ਹੁੰਦਾ ਹੈ ਨਾ ਚਾਹ ਪਾਣੀ ਦਾ, ਪਤਾ ਹੁੰਦਾ ਪਤਾ। ਆਹੋ ਕਾਲੇ ਬੰਦੇ ਨੂੰ ਪਤਾ, ਚਾਹ ਫੜ ਲਈ ਲਿਆਉਂ ਕਿਉਂਕਿ ਮੈਂ ਕਿਸੇ ਨੂੰ ਜਾਣਦੀ ਨੀ। ਨਾ ਨਾ, ਚਾਹ ਪਾਣੀ ਦਾ ਪਤਾ ਹੁੰਦਾ, ਕੋਈ ਵੀ ਕਮਲਾ ਹੋਵੇ ਖਾ ਜਾਂਦਾ ਚੀਜ਼, ਫੜਾ ਦੇ ਕੋਈ ਦੁੱਖ ਫੜ ਕੇ। ਚਲ ਐ ਕਰ, ਦੇਖੀ ਮੈਂ ਡੋਲੇਗੀ। ਪੀ ਲੈ ਇਹਨੂੰ, ਪੀ ਲੈ ਇਹਨੂੰ, ਪੀ ਲਾ। ਆਹੋ ਪੀ ਲੈ, ਐ ਪੀ ਲਾ। ਚਾਹ ਤੂੰ ਕੋਲੇ ਰਹਿ, ਕੋਲੇ ਆ ਗਈ ਮੰਡੀ ਜੀ, ਕੋਲੇ ਆ ਮੈਂ। ਆਏ ਨੂੰ ਕੀ ਹੁੰਦਾ, ਪੈਸਿਆਂ ਦੀ ਮੰਨ ਗਈ ਵੀ ਮੇਰੇ ਪੈਸੇ ਨਾ ਕਢਾ ਲੈਣਾ, ਔਰ ਇਹਨੂੰ ਕੀ ਹੋਣਾ ਸੀ? ਐ ਲੱਛਣ ਕਰਦੀ ਏ ਜਾਣ ਕੇ ਢੰਗ। ਹੁਣ ਇਹਦਾ ਆਦਰ ਮਾਣ ਹੋਣ ਲੱਗ ਗਿਆ, ਤਾਂ ਬਿਠਾਈ ਸੀ ਉੱਥੇ। ਕੀ ਆ ਭੂਆ, ਇਹ ਤਾਂ ਢੰਗ ਕਰਦੀ, ਇਹਨੂੰ ਕੀ ਹੋਣਾ? ਮੈਂ ਕਿਹਾ ਹੁਣ ਤਾਂ ਇਹਨੂੰ ਆਇਆ, ਮੈਂ ਉੱਥੇ ਬਿਠਾਈ ਸੀਗੀ, ਇੱਥੇ ਹੁਣ ਇਹਦਾ ਆਦਰ ਮਾਣ ਹੋਣ ਲੱਗ ਗਿਆ। ਭੂਆ ਕਿਹੜੇ ਬਿਠਾਉਣ, ਠੀਕ ਹੋ ਜੇ ਹੁਣ ਤਾਂ, ਹੁਣ ਤਾਂ ਉਹੀ ਗੱਲ ਕਿਹੜੇ, ਉਹੀ ਗੱਲ ਰੋਟੀਆਂ ਖਾਊਗੀ, ਆ ਚਾਹ ਦੀ ਘੁੱਟ ਤਾਂ ਪੀ ਲਈ। ਪੀ ਲਈ ਚਾਹ, ਪੀ ਲੂਗੀ, ਸਾਰਾ ਕੁਛ ਖਾਊਗੀ। ਕਰਦੀ ਆ ਇਹ, ਬਹਿ ਬਹਿ ਜਾ। ਬੈਰ ਤਾਂ ਜੇ ਇੰਨਾ ਇਹਨੂੰ ਪਤਾ ਹੁੰਦਾ ਵੀ ਬੈਰ ਤਾਂ ਕਰਦੀ ਆ, ਹੁਣ ਤੇਰੇ ਗੱਲ ਪੈ ਜਾਂਦੀ ਉੱਠ ਕੇ, ਤੈਨੂੰ ਬੋਲਣ ਦਿੰਦੀ ਸੀ? ਆ ਜਾਣ ਕੇ ਕਰਦੀ ਆ, ਤਾਂ ਫਿਰ ਇਹ ਜਾਣ ਕੇ ਨਹੀਂ ਕਰਦੀ ਭੂਆ, ਕਰੰਟ ਨਾ ਹੋਈ ਹੈ। ਕਰੰਟ ਨਾਲ ਇੰਨਾ ਨੀ ਹੁੰਦਾ, ਇੰਨਾ ਕਿਉਂ ਨੀ ਹੁੰਦਾ? ਜਾਦੇ ਲੱਗ ਗਿਆ ਪਤਾਰਾਂ ਤਾਂ ਦੋਨੇ ਲਾਤਾਂ, ਆ ਜਾ ਅੰਦਰ ਚੱਲ ਕੇ ਪਈ ਰਹਿਣ ਨੇ ਇਹਨੂੰ। ਉਹਨਾਂ ਕਮਰੇ ਭਾਜੇ ਕਿਸੇ ਪਾਸੇ ਨਹੀਂ ਭਜਦੀਏ, ਨਿਗਾਹ ਰੱਖਾਂਗੇ ਆਪਾਂ। ਮੈਂ ਬੈਠੀ ਆ, ਕੋਈ ਤੂੰ ਬਹਿ ਜਾ, ਫਿਰ ਤੂੰ ਬਹਿ ਜਾ। ਆਹੋ ਕਮਰੇ ਬੰਦੇ ਦਾ ਕੀ ਆ, ਕਿੱਧਰ ਨੂੰ ਉੱਡ ਕੇ ਵਗ ਜੇ, ਉਹਦੇ ਤੇ ਕਿਸੇ ਖੂਹ ਖਾਤੇ ਛਾਲ ਮਾਰੇ ਬਾਬੇ। ਹਾਂ ਮੈਂ ਸੜੇ ਦਰਵਾਜ਼ੇ ਚ ਨੀਰਾ ਪਾ ਕੇ ਆਉਣੀ ਮੈਂ। ਨਹੀਂ ਤੂੰ ਕਿਤੇ ਨੀ ਜਾਣਾ, ਮੈਂ ਤੇ ਨਾਂਦੇ ਤੈਨੂੰ ਸਿਆਣ ਹੋ ਜਾਂਦੀ। ਛੋਟੀ ਆ ਮੈਂ, ਹਜੇ ਵਿਆਹ ਨਹੀਂ ਹੋਇਆ ਮੇਰਾ, ਹਜੇ ਤੇਰਾ ਵਿਆਹ ਨਹੀਂ ਹੋਇਆ। ਹਾਂ ਬਾਬੇ ਤੂੰ ਦੋ ਦਾ ਜਵਾਕ ਆ ਤੇਰੇ ਵੱਡੇ ਵੱਡੇ। ਹਾਂ ਇਹ ਨਹੀਂ ਕਹਿੰਦਾ ਹੁੰਦਾ ਲੈ ਤੇਰੇ ਮੂੰਹ ਆ ਰਹੀ ਹੈ। ਮੈਂ ਤਾਂ ਉਹਦਾ ਸਹੁਰੀ ਆ ਰਹੀ ਹੈ, ਸਹੁਰੀ ਆ ਰਹੀ ਹੈ ਬਾਬੇ, ਚੁੰਨੀ ਲਾ ਲਾ ਸਿਰ ਤੇ, ਮੰਗਾ ਸਿਰ ਤੇ ਨਹੀਂ ਆ, ਮੈਂ ਹਜੇ ਛੋਟੀ ਆ। ਲੈ ਦੇ ਲੈ, ਤੂੰ ਤਾਂ ਮਗਾ ਜੀ ਆਏ ਤੇ ਜਿੱਦਾਂ ਨਾਉਂਦੇ ਆਏ ਨਹੀਂ ਰਹਿੰਦਾ ਹੁੰਦਾ। ਤੂੰ ਬਿਆਹੀ ਬਣੀ ਆ, ਮੈਂ ਤੇਰੀ ਨਾਮ ਦਾ ਨਾਮ, ਤੂੰ ਬੇਬੇ ਆ। ਨਹੀਂ ਮੈਂ ਤੇਰੀ ਬੇਬੇ, ਨਾਂਦ ਨਹੀਂ ਕਹਿੰਦਾ। ਤੇਰਾ ਦੋ ਜਵਾਕ ਆ ਮੇਰੇ ਮੇਰੇ ਬਿਆਹੀ, ਕੁੜੀਆਂ ਨੂੰ ਨਹੀਂ ਕਹਿੰਦਾ ਹੁੰਦਾ ਦੋ ਜਵਾਕ। ਲਾਜ ਦਾ ਕਮਾ ਮਾਗ ਲੱਗ ਗਈ। ਕੀ ਕਹਿੰਦੀ ਹੈ ਬੇਬੇ? ਕਿ ਮੈਂ ਭੈਣਾ? ਭੈਣੇ ਕਿਹੜੀ ਭੈਣਾ? ਤੂੰ ਬਾਬਾ ਨਾ ਆਖਾ,
ਕੋਈ ਤੂੰ ਦਰਗਾ ਨੀ ਬੁਣਦੀ, ਕੋਈ ਤੇਰੀ ਦਰਵਾਜੇ ਚ ਮੈਸ ਨੀ, ਆਪਣਾ ਤਾਂ ਉਹ ਬੜੇ ਰਹਿ ਗਏ ਪਸ਼ੂ ਭਰਾਂਡੇ ਚ। ਉਹ ਨੀ ਸਾਡਾ, ਇੱਧਰ ਆ ਸਾਡਾ ਦਰਵਾਜਾ, ਤੂੰ ਟਿਕ ਕੇ ਪੈ ਜਾ। ਮੈਂ ਤੈਨੂੰ ਦੱਸਾਂ ਪਤੀ ਤੇਰੇ ਦਰਵਾਜੇ ਦਾ, ਇਹਨੂੰ ਗੋਲੀ ਗਾਲੀ ਦੇਣੀ ਤੂੰ ਨੀਂਦ ਵਾਲੀ। ਹੋਰ ਨੀਂਦ ਵਾਲੀ ਗੋਲੀ ਮੈਂ ਲਿਆ ਕੇ ਦੇ ਦੇ, ਗੋਲੀ ਲਿਆ ਕੇ ਦੇ ਦੇ ਸੌ ਜੂਗੀ। ਗੋਲੀ ਨੀ ਲੈਣੀ ਮੈਂ, ਗੋਲੀ ਨੀ, ਉਹ ਤਾਂ ਤੈਨੂੰ ਊਂ ਦਿੰਦੇ ਆ, ਫਿਰ ਤੂੰ ਨਾ ਦਰੀ ਵਧੀਆ ਬੁਣ ਲੈਣੀ ਉਹਦੇ ਨਾਲ, ਮੈਂ ਲਿਆ ਕੇ ਦਿੰਦੀ ਆ। ਲਿਆ ਮੈਂ ਨੀਰਾ ਪਾਇਆ ਫਿਰ ਪਸ਼ੂਆਂ ਨੂੰ ਗੋਲੀ ਲੈ ਕੇ, ਗੋਲੀ ਲੈ ਕੇ ਪੈ ਜੀ ਹੁਣ। ਇਹ ਤਾਂ ਬਾਲੀ ਪਾਗਲ ਹੋ ਗਈ, ਉਹ ਜਾਣ ਕੇ ਵੀ ਕਰਦੀ ਆ, ਮੈਨੂੰ ਤਾਂ ਇਹਦਾ ਜਾਣ ਕੀ ਲੱਗਦਾ। ਲਾਈਟ ਤਾਂ ਇਹਦੇ ਕਿਹੜੀ ਲੱਗੀ ਆ, ਲਾਈਟ ਆਈ ਲਾਈਟ ਤਾਂ ਆਮ ਹੀ ਲੱਗ ਜਾਂਦੀ ਆ, ਇੱਥੇ ਪਲੱਗ ਪਾ ਕੇ ਤਾਂ ਲੱਗ ਜਾਂਦੀ ਆ, 20 ਵਾਰ ਲੱਗੀ ਆ ਮੇਰੇ ਤਾਂ ਇਹੋ ਜਿਹੀਆਂ ਲਾਈਟਾਂ, ਮੇਰੇ ਤਾਂ ਕੋਈ ਦਿਮਾਗ ਨੀ ਹਿੱਲਿਆ। ਜਾਣ ਕੇ ਕਰਦੀ ਆ ਇਹੋ ਜਿਹੀ ਲਾਈਟ, ਤਾਂ ਇਹਨੂੰ ਕੀ ਹੋਣਾ ਸੀ। ਲੈ ਬੇਬੇ ਪਾਣੀ ਪੀ ਲਾ, ਗੋਲੀ ਲੈ ਲਾ, ਖੜੀ ਹੋ। ਬੇਬੇ ਨਾ ਆਖ ਮੈਨੂੰ, ਹਾਂ ਨਾ ਹੋਰ ਕੀ ਚੰਗਾ, ਭੈਣੇ ਉੱਠ ਕਰ ਲੈ, ਗੋਲੀ ਲੈ ਲਾ ਭੈਣੇ, ਲੈ ਭੈਣੇ ਗੋਲੀ ਲੈ ਲਾ, ਤੈਨੂੰ ਬੁਖਾਰ ਹੋਇਆ ਤੇ ਆ, ਪਾਣੀ ਪੀ ਲਾ। ਇਹ ਤਾਂ ਦਰਮਾਨ ਹੋਣ ਲੱਗ ਗਿਆ, ਢੰਗ ਕਰਦੀ ਆ ਇਹ, ਉਸ ਨੇ ਪੈ ਜਾ ਭੈਣੇ, ਚੰਗਾ ਪੈ ਜਾ, ਪੈ ਜਾ ਹੁਣ। ਆਹ ਉੱਥੇ ਜਾਂਦੇ ਸੀ ਦਰਬਾਰ, ਨਹੀਂ ਹੁਣ ਨਹੀਂ ਜਾਣਾ, ਹੁਣ ਤਾਂ ਗੋਲੀ ਲੈ ਲਈ, ਪੈ ਜਾ ਪੈ ਜਾ, ਭਾਗ ਜਾਣ ਦੇ, ਮੈਨੂੰ ਤਾਂ ਕਹਿੰਦੇ ਛੱਡ ਦੇਣੇ, ਕਿੱਥੇ ਕਿ ਜਾਊਗੀ, ਰਾਖੀ ਗਰਮੀ ਮਰ ਗਈ ਇੱਥੇ, ਗਰਮੀ ਦੀ ਰਾਖੀ ਰੱਖੋ, ਚੰਗੀ ਬਣੀ ਆਏ, ਇਹਨੂੰ ਕੁਛ ਨੀ ਹੋਇਆ। ਆਹੋ ਸੁੱਤੀ ਹੋਊਗੀ, ਇਹਨੂੰ ਕੀ ਹੋਣਾ ਸੀ, ਏਸੀ ਚ ਪਾ ਦਿੰਦੇ ਉਤਾਰ, ਏਸੀ ਚੋਂ ਗੁੰਮ ਹੋ ਜੂਗੀ ਇਹ। ਨਹੀਂ ਹੁੰਦੀ ਇੱਥੇ ਗਰਮੀ ਨਾ, ਮਾੜਾ ਸਰੀਰ ਸੈਕਟਰ ਹੋਏ ਨਾ, ਪਈ ਰਹਿਣ ਦੇ, ਆ ਜਾ ਉੱਥੇ ਪਈ ਰਹਿੰਦੀ। ਆ ਨਵਾਂ ਹੀ ਪੰਗਾ ਖੜਾ ਕਰ ਲਿਆ, ਕਦੇ ਜਾਣ ਕੇ ਨੂੰ ਵੀ ਚੱਕ ਹੀ ਜਾਂਦੀ ਹੈ, ਹੁਣ ਇਹਦਾ ਕੀ ਕਦੇ ਲੋਟ ਹੋਊਗੀ। ਭੂਆ ਕਿਉਂ ਡਰੀ ਜਾਂਦੀ ਹੈ, ਆ ਮੋਬਾਈਲ ਤੇ ਕੱਢ ਕੇ ਰੱਖਿਆ ਡੇ ਆ ਜਾ, ਕਿਵੇਂ ਆ ਗਿਆ ਮੋਬਾਈਲ ਤੇ ਕੱਢਿਆ ਸੀ ਮੈਂ। ਹਾਂ ਵੀ ਜੇ ਇੱਕ ਵਾਰੀ ਕਰੰਟ ਲੱਗ ਜੇ ਬੰਦੇ ਨੂੰ ਤਾਂ ਦੁਬਾਰਾ ਕੀ ਕੀਤਾ ਜਾਵੇ, ਇਹਨਾਂ ਨੇ ਉੱਤੇ ਲਿਖਿਆ ਆ ਗਿਆ ਵੀ ਜੇ ਇੱਕ ਵਾਰੀ ਕਰੰਟ ਲੱਗ ਜੇ ਬੰਦੇ ਨੂੰ ਤਾਂ ਦੁਬਾਰਾ ਕਰੰਟ ਲਵਾਓ, ਉਹਦੇ ਨਾਲ ਠੀਕ ਹੋ ਜਾਂਦਾ। ਅੱਛਾ ਹਾਂ, ਇਹ ਤਾਂ ਥੋੜੀ ਗੱਲ ਹੀ ਆ, ਹੁਣ ਐ ਨਾ ਕਰੀਏ ਉਹਦੇ ਦੁਬਾਰੇ ਨਾ ਕਰੰਟ ਲਾ ਦਈਏ। ਹਾਂ ਕਹਿੰਦੀ ਮੈਂ ਫਿਰ ਵੀ ਤਾਂ ਥੋੜਾ ਹੀ ਆ, ਤਾਂ ਪਤਾ ਜੇ ਕੁਛ ਹੋ ਗਿਆ ਕਿਤੇ ਆਪਣੇ ਸਿਰ ਨਾ ਪੈ ਜੇ, ਕਿਤੇ ਮਰ ਨਾ ਜਾਵੇ। ਮੈਂ ਐਂ ਕਰ, ਦੋ ਚਾਰ ਤਾਰਾਂ ਜੀਆਂ ਕੱਢ ਲਾ ਤਾਰ ਚ, ਨਾ ਕਹਿਰੀ ਤਾਰ ਲਾ ਦੇਣੇ। ਹਾਂ ਕਹਿਰੀ ਵੀ ਦੋ ਤਾਰਾਂ ਚ ਹੁੰਦਾ ਕਰੰਟ, ਪਹਿਲੀ ਗੱਲ ਗਾ
ਗਾਲ ਪਈ ਪਈ ਆਪਣੇ ਤੈਨੂੰ ਬੇਬੇ ਕਹਿੰਦੀ ਹੈ ਮੈਨੂੰ ਭੈਣ ਕਹਿੰਦੀ ਹੈ ਉਹਦਾ ਦਿਮਾਗ ਜਮੀ ਹੱਲ ਉਹ ਸੱਤੋ ਆ ਤੁਸੀਂ ਬਥੇਰਾ ਕੀ ਕਹਿ ਕਰਦਾ ਪੈਸੇ ਕਢਵਾਉਣੇ ਤਾਂ ਸੈੱਟ ਕਰਦੀ ਹੈ ਨਹੀਂ ਮੇਰੇ ਤੇ ਜੀਏ ਕਰਦੇ ਨੂੰ ਇਹੀ ਰੱਖਾਂ ਨੂੰ ਕਦੇ ਸੈੱਟ ਹੀ ਨਾ ਕਰਾਂ ਵਧੀਆ ਨਹੀਂ ਪਈ ਗਿਆ ਨਹੀਂ ਤੇਰੇ ਨਾਲ ਨਹੀਂ ਲੱਗਦੀ ਨੇ ਮੇਰੇ ਨਾਲ ਨਹੀਂ ਲੱਗਦੀ ਸਭ ਕੁਝ ਭੁੱਲ ਗਈ ਪਹਿਲਾਂ ਤਾਂ ਪਾ ਕੇ ਮਾਰ ਰੱਖੇ ਸੀ ਮਾਰਦੇ ਵੀ ਤੇ ਚੱਕ ਰੱਖਿਆ ਸੀ ਜਮਾਂ ਬੁਰਾ ਹਾਲ ਕਰ ਰੱਖਿਆ ਸੀ ਹੁਣ ਕੀ ਕਰੀਏ ਪੂਰਾ ਹੁਣ ਪੈਸਿਆਂ ਦੇ ਮਾਰਿਆਂ ਨੂੰ ਸਾਰਾ ਕੁਝ ਕਰਨਾ ਪਊਗਾ ਜੇ ਹੁਣ ਨਹੀਂ ਠੀਕ ਕਰਦੇ ਤਾਂ 3.5 ਲੱਖ ਰੁਪਇਆ ਡੁੱਬਦਾ ਕੁੜੀਏ ਉਹੀ ਗੱਲ ਕੁੜੀਏ ਉਹ ਬਣਾ ਰੱਖੀ ਉਹਦੀ ਜਨਮ ਬਣਾ ਰੱਖੀ ਪੈਸਿਆਂ ਦੀ ਮੁੰਡੇ ਨੂੰ ਕਿਉਂ ਬਣਾਉਂਦੀ ਕੁੜੀ ਬਣਾਈ ਹੈ ਕੁੜੀ ਨੂੰ ਕਿਉਂ ਬਣਾਇਆ ਹਾਂ ਹੋ 100 ਬੰਦੇ ਦੀ ਕੁੜੀ ਕੱਲ ਨੂੰ ਮੈਨੂੰ ਕੁਛ ਹੋ ਵੀ ਗਿਆ ਮੇਰੀ ਧੀ ਤਾਂ ਬਾਹਰ ਹੈ ਜਾਣ ਕੇ ਬਣਾਈ ਹੈ ਨੀ ਜਾਣ ਕੇ ਬਣਾਈ ਹੁਣ ਤੂੰ ਕਰੀ ਜਾਂਦੀ ਜਾਣ ਕੇ ਕਰਦੀ ਹੈ ਜਾਣ ਕੇ ਕਰਨ ਵਾਲੀ ਕਿੱਥੇ ਸੀ ਤਾਂ ਗਲ ਪੈ ਜਾਂਦੀ ਆਪਣੇ ਹੁਣ ਨੂੰ ਕੁਛ ਤਾਂ ਹੈਗਾ ਵੀ ਆ ਕੁਛ ਜਾਣ ਕੇ ਅਰਦਮਾਨ ਕਰਾਉਂਦੀ ਆ ਵੀ ਮੇਰੇ ਪੈਸੇ ਨਾ ਨਿਕਲਣ ਮੇਰਾ ਅਰਦਮਾਨ ਹੁੰਦਾ ਨਹੀਂ ਭੂਆ ਜੀ ਮਾੜਾ ਮੋਟਾ ਤਾਂ ਕੁਛ ਦਿਮਾਗ ਚ ਆਵੇ ਬੰਦੇ ਦੇ ਫਿਰ ਭੈਣ ਕਿਉਂ ਕਹੇ ਮੈਨੂੰ ਤੈਨੂੰ ਬੇਬੇ ਕਿਉਂ ਕਹੇ ਉਹ ਬੰਦਾ ਲੱਛਣ ਵੀ ਕਰਨ ਲੱਗ ਜਾਂਦਾ ਹੁੰਦਾ ਤੈਨੂੰ ਨੀ ਪਤਾ ਲੱਛਣ ਆ ਜਾ ਤਾਂ ਫਿਰ ਕਰੰਟ ਤੋਂ ਪਤਾ ਲੱਗ ਜੂ ਆਹੋ ਚੱਲ ਲਾ ਕਰੰਟ ਆ ਜਾ ਕਰੰਟ ਤਾਂ ਹੁਣ ਲਾ ਜਾਂਗੀ ਭੂਆ ਉਹ ਹੁੰਦਾ ਉਹ ਹੁੰਦਾ ਆਪ ਉਹਨੂੰ ਭੇਜ ਜਾਂਗੇ ਪਰੇ ਤੂੰ ਐਂ ਕਰ ਹਾਂ ਤੂੰ ਤਾਂ ਪੈ ਜਾ ਮੰਜੀ ਤੇ ਮੈਂ ਕਹਿੰਦਾ ਭੂਆ ਤਾਂ ਸੁੱਤੀ ਪਈ ਹਾਂ ਪੈ ਜਾ ਮੈਂ ਤਾਂ ਪੈ ਜਾਣੀ ਹੈ ਪੈ ਜਾ ਹੋਰ ਹੁਣ ਚੱਲ ਤੂੰ ਐਂ ਕਰ ਤੂੰ ਪੈ ਜਾ ਮੈਂ ਕਹਿੰਦਾ ਭੂਆ ਸੁੱਤੀ ਪਈ ਹੈ ਅਸੀਂ ਕਰਦੇ ਹਾਂ ਗੱਲਬਾਤ ਉਹਨੂੰ ਵੀ ਮੈਂ ਕਹਿੰਦਾ ਸੋ ਜਾ ਜਦੋਂ ਮੈਂ ਤੇਰੇ ਹੱਥ ਲਾਇਆ ਨਾ ਉੱਠ ਕੇ ਮੰਗ ਰਹੀ ਆ ਜੂੰਗੀ ਆਹੋ ਮੈਂ ਤਾਂ ਉਹਦੀ ਆ ਜੂੰਗੀ ਚੰਗਾ ਤੇ ਉਹਨੂੰ ਕਹਿ ਪੈ ਜਾ ਗਰਮੀ ਚੋਂ ਆਇਆ ਆਹੋ ਉਹਦੇ ਆ ਜਾਓ ਅਸੀਂ ਤਾਂ ਗਾਂ ਅੰਦਰ ਬੇਬੇ ਦਾ ਲਈਏ ਪਤਾ ਵਿਚਾਰੀ ਦਾ ਜਾ ਕੇ ਲੈ ਬੇਬੇ ਤਾਂ ਵਿਚਾਰੀ ਸੁੱਤੀ ਪਈ ਹੈ ਆਰਾਮ ਨਾਲ ਹਨ ਬੇਬੇ ਬੇਬੇ ਚਰਖਾ ਨੂੰ ਉਠਾਉਣਾ ਵਿਚਾਰੀ ਨੂੰ ਪਈ ਹੈ ਆਰਾਮ ਨਾਲ ਹਰਪ੍ਰੀਤ ਇਧਰ ਵੀ ਹੈ ਨੀ ਅੱਛਾ ਉਹ ਬੈਠੀ ਹੈ ਤੈਨੂੰ ਬੋਲ ਤਾਂ ਮਾਰੀ ਨੇ ਉਹਨੇ ਆ ਜਾ ਉਹ ਮੈਂ ਤਾਂ ਬੇਬੇ ਦਾ ਮਠਾਈ ਨੀ ਹਾਂ ਬੇਬੇ ਦਾ ਸੁੱਤੀ ਪਈ ਹੈ ਹੋਰ ਬੇਬੇ ਕਿਵੇਂ ਠੀਕ ਹੈ ਹੁਣ ਬਾਬਾ ਜੀ ਬਸ ਪੁੱਛਣਾ ਬੇਬੇ ਨੂੰ ਗੋਲੀ ਦਿੱਤੀ ਹੈ ਹੁਣ ਨੀਂਦ ਵਾਲੀ ਗੋਲੀ ਦਿੱਤੀ ਨਾ ਆਹੋ ਤਾਂ ਸੌਂਗੀ ਬੇਬੇ ਤਾਂ ਬਾਹਲਾ ਕਮਲ ਮਾਰਨ ਲੱਗ ਗਈ ਤੇਰੇ ਮਗਰੋਂ ਨਹੀਂ ਤਾਂ ਮਸਾਂ ਸੰਭਾਲ ਕੇ ਰੱਖੀ ਕਮਲ ਕੀ ਮਾਰਨ ਲੱਗ ਗਈ ਬੇਬੇ ਭਾਈ ਦੀ ਸੀ ਬਾਹਰ ਨੂੰ ਕਹਿੰਦੀ ਕਦੇ ਤਾਂ ਆਖੇ ਮੈਂ ਦਰੀ ਪਾਉਣ ਜਾਂਦੀ ਹਾਂ ਕਦੇ ਆਖੇ ਮੈਂ ਮੱਝਾਂ ਨੂੰ ਨੀਰਾ ਪਾਉਣ ਜਾਂਦੀ ਹਾਂ ਤੇ ਜੇ ਭੂਆ ਨੇ ਐਂ ਕਿਹਾ ਵੀ ਭਾਈ ਮੈਂ ਤੇਰੀ ਨਣ ਦਾ ਕਹਿੰਦੀ ਨਾ ਨਾ ਮੈਂ ਤਾਂ ਅਜੇ ਵਿਆਹੀ ਨੀ ਮੈਂ ਤਾਂ ਨਿਆਣੀ ਹਾਂ ਅੱਛਾ ਉਹ ਤਾਂ 20-25 ਸਾਲ ਪਿੱਛੇ ਵੱਗ ਗਈ ਤੇ ਮੈਨੂੰ ਭੈਣ ਕਹਿੰਦੀ ਹੈ ਅਈਆਂ ਜਾਂ ਗੱਲਾਂ ਕਰਦੀ ਹੈ ਬੇਬੇ ਹਾਂ ਤੂੰ ਨਾ ਮੈਂ ਤੈਨੂੰ ਦੱਸਾਂ ਲਵੇ ਜਾਈ ਨਹੀਂ ਪਤਾ ਤੈਨੂੰ ਕੀ ਕਹੂਗੀ ਓਹੋ ਤਾਂ ਸੰਗ ਵਾਲੀ ਗੱਲ ਹੈ ਹਨਾ ਸੰਗ ਵਾਲੀ ਗੱਲ ਤਾਂ ਹੈਗੀ ਅਈਆਂ ਜਾਂ ਗੱਲਾਂ ਕਰਦੀ ਹੈ ਮੈਂ ਕਿਹਾ ਮੈਂ ਤੇਰੀ ਨੂੰਹ ਆ ਬੇਬੇ ਬਥੇਰਾ ਆਖਿਆ ਵੀ ਤੂੰ ਭੂਆ ਦੀਆਂ ਲੱਤਾਂ 'ਚ ਖੁੰਡੀਆਂ ਪਾਉਂਦੀ ਸੀ ਸਾਡੇ ਨਾਲ ਲੜਦੀ ਸੀ ਹਾਂ ਵੀ ਉਹ ਗੱਲਾਂ ਯਾਦ ਕਰ ਕਹਿੰਦੀ ਨਾ ਨਾ ਮੈਂ ਤਾਂ ਉਹਦੇ ਨਿਆਣੀ ਆ ਮੈਂ ਤਾਂ ਹਜੇ ਵਿਆਹੀ ਨਹੀਂ ਬੜੀ ਗੱਲ ਹੋਈ ਨਾ ਦੌਰੇ ਨਾਲ ਹੀ ਆਏ ਹੋਗੇ ਬੇਬੇ ਨੂੰ ਉਹ ਦੌਰੇ ਨਹੀਂ ਆਏ ਹੋਗੀ ਬੜੀ ਇਹ ਤਾਂ ਗੱਲ ਮਾੜੀ ਹੋ ਗਈ ਹਨਾ ਹੋਰ ਕਰਾਂਗੇ ਕਿਹੜੇ ਡਾਕਟਰ ਤੋਂ ਦਵਾਈ ਦਵਾਈਏ ਬੇਬੇ ਨੂੰ ਹੁਣ ਨਹੀਂ ਡਾਕਟਰ ਨੇ ਪਤਾ ਕਰ ਲਿਆ ਤਾਈ ਤੋਂ ਡਾਕਟਰ ਦਾ ਪਤਾ ਕਰ ਲਿਆ ਆਹੋ ਇਹ ਪਹਿਲਾਂ ਵੀ ਤੈਨੂੰ ਦੱਸੀ ਤਾਂ ਇਹਨੇ ਭੂਆ ਨੇ ਦੱਸਿਆ ਤਾਂ ਸੀ ਵੀ ਪਹਿਲਾਂ ਵੀ ਹੋ ਗਈ ਸੀ ਅੱਛਾ ਉਹ ਤਾਂ ਹਾਂ ਪਹਿਲਾਂ ਜਦ ਪਹਿਲਾਂ ਹੋ ਗਈ ਸੀ 5-4 ਸਾਲ ਹੋਏ ਸੀ ਵਿਆਹ ਨੂੰ ਉਦੋਂ ਹੋ ਗਈ ਸੀ ਐ ਅੱਛਾ ਤੇ ਤਾਈ ਨੂੰ ਮੈਂ ਪੁੱਛਿਆ ਤਾਈ ਕਹਿੰਦੀ ਕੋਈ ਗੱਲ ਨਹੀਂ ਉਹ ਤਾਂ ਦਵਾਈ ਦਾ ਮੈਨੂੰ ਪਤਾ ਮੈਂ ਆਪੇ ਲੈ ਕੇ ਦੇ ਦੂੰਗੀ ਤਾਈ ਆਪੇ ਦਵਾਈ ਲੈ ਆਹੋ ਤਾਈ ਲੈ ਆਈ ਦਵਾਈ ਉਹ ਪਹਿਲਾਂ ਤਾਂ ਲੈ ਬਾਪੂ ਹੁਣਾ ਜਿਉਂਦਾ ਜਾਗਦਾ ਸੀ ਉਹਨੇ ਦਵਾਈ ਦਵਾਈ ਦਵਾ ਕੀ ਹੋਊਗੀ ਲੈ ਆਪੇ ਹੁਣ ਤਾਈ ਨੂੰ ਤਾਂ ਪਤਾ ਹੀ ਐ ਸਾਰਾ ਤਾਈ ਨੂੰ ਤਾਂ ਸਾਰੀ ਗੱਲ ਦਾ ਫਿਰ ਪਤਾ ਹੀ ਹੋਊਗਾ ਐ ਕਰ ਤੂੰ ਟੈਨਸ਼ਨ ਨਾ ਲੈ ਤੂੰ ਆਰਾਮ ਕਰ ਲੈ ਪੈ ਜਾ ਮੇਰੀ ਗੱਲ ਸੁਣੋ ਮੈਂ ਨੀ ਘਰ ਤੇ ਬੈਠੀ ਆ ਮੇਰੇ ਨੇ ਮੈਂ ਉੱਠ ਕੇ ਬਾਹਰ ਨੂੰ ਨਾ ਭੱਜ ਲੈ ਤੂੰ ਤਾਂ ਕਹੀ ਨੇ ਕਿ ਟੈਨਸ਼ਨ ਨਾ ਕਰ ਟੈਨਸ਼ਨ ਨਾ ਕਰ ਉਹ ਮੈਨੂੰ ਤਾਂ ਖੇਤ ਵੀ ਮੇਰਾ ਤਾਂ ਕੋਈ ਚਿੱਤ ਨਹੀਂ ਲੱਗਿਆ ਕੰਮ 'ਚ ਹੁਣ ਮੈਂ ਕਿਵੇਂ ਸੌਂ ਜਾ
ਬੇਬੇ ਨੂੰ ਪਤਾ ਨੀ ਹੁਣ ਕਿਵੇਂ ਲੋਟ ਹੋ ਕੀ ਗੱਲਾਂ ਕਰਦੀ ਦੇਖ ਲੈ ਹਨਾ। ਪਰ ਹੁਣ ਤਾਂ ਬੇਬੇ ਵੀ ਸੁੱਤੀ ਪਈ, ਭੂਆ ਵੀ ਵਿਚਾਰੀ ਜਮਾ ਹੰਬ ਕੇ ਡਿੱਗੀ ਐ। ਹੰਬ ਕੇ ਤਾਂ ਡਿੱਗਣੀ ਸੀਗਾ ਹੁਣ, ਤੇ ਇਹਦਾ ਸਿਰ ਕੋ ਕੰਮ ਹੀ ਨਹੀਂ ਕਰਨ ਦਿੱਤਾ ਹੁਣ, ਕਿੱਥੇ ਕੰਮ ਹੁਣ ਸਾਰੇ ਪੈ ਵੀ ਨਹੀਂ ਸਕਦੇ ਹੁਣ ਜੇ ਮੈਂ ਪੈਣੀ ਆ, ਕੀ ਪਤਾ ਕਿਹੜੇ ਵੇਲੇ ਜਾ ਆ ਕੇ ਕਦੋਂ ਉੱਡ ਗਏ ਬਾਹਰ ਨੂੰ। ਇਹ ਤਾਂ ਬਾਲੀ ਗੱਲ ਮਾਰੀ ਹੋ ਗਈ ਹਣਾ, ਕਿੱਥੋਂ ਭਾਲਾਂਗੇ ਜਦੋਂ ਹੁਣ ਕਾਸੇ ਦਾ ਉਹਨੂੰ ਸੁਧ ਬੁਧੀ ਨਹੀਂ ਪਤਾ ਹੀ ਨਹੀਂ ਲੱਗਦਾ, ਜਦੋਂ ਆਈ ਪਤਾ ਲੱਗਦਾ। ਤੂੰ ਪੈ ਜਾ ਕੋਈ ਨਹੀਂ, ਟੈਨਸ਼ਨ ਨਾ ਲੈ, ਸਾਰੀਆਂ ਪੁਰਾਣੀਆਂ ਗੱਲਾਂ ਹੋ ਜੂ, ਠੀਕ ਹੋ ਜੂ ਠੀਕ। ਤਾਈ ਮੈਨੂੰ ਕਹਿੰਦੀ ਜਮਾ ਠੀਕ ਹੋ ਜੂਗੀ, ਮੈਂ ਦਵਾਈ ਲਿਆ ਕੇ ਦੇਵਾਂਗੀ, ਐ ਨਹੀਂ ਪਤਾ ਤਾਈ ਵਗ ਵੀ ਗਈ ਹੋਵੇ। ਉਹ ਚੱਲ ਮੈਂ ਤਾਂ ਥੱਕਿਆ ਆਇਆ ਸੀ ਖੇਤੋਂ, ਕੰਮ ਬਾਲਾ ਸੀ ਇੱਕ ਖੇਤ, ਚੱਲ ਫਿਰ ਮੈਂ ਤਾਂ ਪੈਣਾ ਕਦੋਂ ਕੀ ਜੋ ਕੋਈ ਪੜੋ ਫਿਰ ਹੋਣਾ। ਨਹੀਂ ਕੋਈ ਨਹੀਂ, ਬਣ ਜੂ ਹੋ ਜੂ ਲੋਟ, ਮੈਂ ਤਾਂ ਆ ਜਾ ਪਿਆ ਕਿ ਹੋਰ ਹੀ ਗੱਲ ਖਰਾਬ ਹੋ ਗਈ। ਹੋਰ ਆ ਪੰਗਾ ਹੋ ਗਿਆ ਨਾਲੇ, ਉੱਤੋਂ ਪੈਸਿਆਂ ਦਾ ਪੰਗਾ ਹੋ ਰਿਹਾ, ਜੇ ਕੁੜੀ ਨੂੰ ਪਤਾ ਲੱਗ ਗਿਆ ਕੁੜੀ ਨਾ ਵਿਚਰ ਕੇ ਖੜੀ। ਹੋਰ ਨਾਲੇ ਉਹ ਪੈਸੇ ਜਾਂ ਨਾਲੇ ਉੱਤੇ ਲੱਗਣ ਨੂੰ ਹੋਰ ਥਾਂ, ਉੱਤੇ ਲੱਗਣ ਨੂੰ ਥਾਂ ਹੋ ਗਿਆ। ਚੱਲ ਦੇਖੀ ਜੀ ਪਤਾ ਸੀ ਕਿਵੇਂ ਬਣੂ, ਫਿਰ ਮੈਂ ਤਾਂ ਪੈਣਾ ਹੁਣ ਦੋ। ਮੈਨੂੰ ਤਾਂ ਲੱਗਦਾ ਟੈਨਸ਼ਨ ਲੈ ਗਈ ਬੇਬੇ ਜਦੋਂ ਉੱਥੇ ਐ ਕਹਿਦਾ ਨਾ ਵੀ ਬੇਬੇ ਤੈਨੂੰ ਅੱਡ ਕਰਦੀ ਆ। ਹਾਂ ਅੱਡ ਦੀ ਟੈਨਸ਼ਨ ਲੈ ਗਈ ਬੇਬੇ, ਪੱਕੀ ਐ। ਹੋਰ ਉਦੋਂ ਟੈਨਸ਼ਨ ਲੈ ਗਈ, ਆਪਾਂ ਤਾਂ ਤਮਕ ਡਰਾਈ ਤਮਕਾਈ ਤਾਂ ਐ ਸੀ ਵੀ ਕੁੜੀ ਨੂੰ ਇਹ ਕਹਿ ਦੂਗੀ ਇਹਨੇ ਨਾ, ਹੁਣ ਆਪਾਂ ਨੂੰ ਕੀ ਪਤਾ ਸੀ ਵੀ ਐ ਹੋਊਗਾ। ਆ ਦੇਖ ਲੈ ਹੋਰ ਹੀ ਪੰਗਾ ਖੜਾ ਕਰ ਲਿਆ ਆਪਾਂ, ਹੁਣ ਮੈਨੂੰ ਕਿਹੜਾ ਪਤਾ ਸੀ ਵੀ ਐ, ਪਤਾ ਨਹੀਂ ਤੇ ਹੁਣ ਕਿੰਨੇ ਕੁ ਰੁਪਏ ਲੱਗਣੇ ਕਿਵੇਂ ਇਹਦਾ ਲਾਭ ਹੋਊਗਾ। ਆਪਾਂ ਨੂੰ ਪਤਾ ਸੀ ਜੇ ਆਪਾਂ ਨੂੰ ਪਹਿਲਾਂ ਪਤਾ ਹੁੰਦਾ ਵੀ ਐ ਹੋਈ ਸੀ ਇਹ ਪਹਿਲਾਂ, ਫੇਰ ਵੀ ਕੁਝ ਹੱਲ ਕੱਢ ਲਾਂਗੇ। ਓਹੋ ਬੜੀ ਗੱਲ ਮਾੜੀ ਹੋ ਗਈ ਤਾਂ, ਪੈ ਜਾ ਪੈ ਜਾ ਪੈ ਜਾ, ਕੁਝ ਨਹੀਂ ਪੈ ਜਾ, ਮੈਨੂੰ ਕਿਹੜਾ ਹੁਣ ਚਾਹੀਦੀ ਐ, ਕੋਈ ਨਹੀਂ ਸੌਂ ਜਾ ਘੰਟਾ। ਥੱਕਿਆ ਸੀ ਲੈ, ਉਹੀ ਗੱਲ ਜਦੋਂ ਏਸੀ ਚਾ ਕੇ ਬੰਦਾ ਪੈ ਜਾਂਦਾ ਭੈਣ ਸਾਰ ਨੀਂਦ ਆ ਜਾਂਦੀ। ਮੈਨੂੰ ਤਾਂ ਲੱਗਦਾ ਕਿਤੇ ਭੂਆ ਵੀ ਨਾ ਸੌਂਗੀ ਹੋਵੇ, ਕਿਤੇ ਉੱਠੀ ਨਾ ਮੈਂ ਇੱਥੋਂ, ਹੋਰ ਪੰਗਾ ਹੋ ਜੇ ਹੁਣ ਜੇ ਭੂਆ ਨੂੰ ਉਠਾਵਾਂ। ਚੱਲੇ ਤਾਂ ਸੌਂ ਗਿਆ, ਹੁਣ ਬੋਚ ਕੇ ਭੂਆ ਨੂੰ ਉਠਾਵਾਂ। ਹੁਣ ਕਿਹੜੀ ਤਾਈ ਦਵਾਈ ਤਾਂ ਜਿਹੜੀ ਪਹਿਲਾਂ ਆਪ ਦਿੱਤੀ ਸੀ ਉਸ ਦੁਬਾਰੇ ਦੇਣੀ ਪਊ ਬੁੜੀ ਨੂੰ, ਹੁਣ ਕੀ ਕਰੀਏ ਦੋਨਾਂ ਨੇ ਪੰਗੇ ਕਰੇ। ਹੁਣ ਤਾਂ ਦੇਖ ਲੈ ਭੂਆ ਵੀ ਚਲਾਕ ਹੋ ਗਈ ਨੀ, ਭੂਆ ਕਹਿੰਦੀ ਮੈਂ ਤਾਂ ਉੱਡਦੀ ਆਗੀ, ਐਂ ਕਿਵੇਂ ਉੱਡ ਜਾਏਗੀ, ਜਮਾ ਨਹੀਂ ਜਾਣ ਦਿੰਦੀ ਉਹਨੇ ਚੱਕ। ਭੂਆ ਖੜੀ ਹੋ, ਅਜਾ ਚੱਲੀਏ, ਅਜਾ ਬੋਚ ਕੇ, ਨਾਲੇ ਮੈਂ ਕਰਾਂ, ਤੂੰ ਮੇਰੀ ਬੇਬੇ ਕੋਲ ਬੈਠ, ਮੈਂ ਤਾਰ ਭਾਲਦੀ ਹਾਂ। ਆਹੋ ਮੈਂ ਬਹਿਨੀ ਤਾਂ ਸੌਂ ਗਿਆ ਤਾਂ ਥੱਕਿਆ ਸੀ। ਹਾਂ ਚੱਲ ਆਜਾ ਭੱਜਿਆ ਦਵਾਈ ਦੇ ਗਏ ਬੁੜੀ ਨੂੰ, ਚੱਪਲਾਂ ਕਿੱਧਰ ਗਈਆਂ, ਆ ਬਾਹਰ ਪਈਆਂ ਪਈ ਹੈ, ਸੁੱਤੀ ਸੁੱਤੀ ਪਈ ਹੈ, ਸੁੱਤੀ ਪਈ ਹੈ, ਬਿੱਲੀ ਨਹੀਂ ਹੈ ਜੀ, ਐ ਕਰ ਕੋਲੇ ਰਹੇ, ਇੱਥੇ ਪਾ ਲਾਂਗੇ ਪਲੱਗ, ਆਹੋ ਇਹਦੇ ਚ, ਇੱਥੇ ਪਾ ਦੀ ਚੰਗਾ, ਮੈਂ ਪਾ ਦੂੰ ਲਿਆ ਤੇ ਮੈਂ ਲਾ ਦੂੰ ਲਿਆ। ਭੂਆ ਕਿਤੇ ਬਾਲਾ ਤਾਂ ਨੀ ਲੱਗਦਾ? ਉਹ ਨਹੀਂ, ਇੱਕ ਤਾਰ ਨਾ ਕੁਛ ਦਿੰਦਾ, ਆਪਣੇ 20 ਵਾਰੀ ਪਲੱਗ ਨੇ ਤਾਰ ਮਾਰੀ ਹੈ, ਚਾਹ ਕਰੰਟ ਕੀ ਹੁੰਦਾ ਇਹਨੂੰ, ਐਂ ਮਰਨ ਲੱਗੀ ਆ ਕਿਤੇ। ਹਾਂ ਭੀ ਇਹ ਤਾਰ ਤਾਂ ਇੱਥੇ ਵਧੀਆ ਧਰੀ ਪਈ ਸੀ ਕੋਹੜੀ, ਕੱਲ ਤਾਂ ਉੱਥੋਂ ਲਾਤਾ ਸੀ, ਅੱਜ ਤਾਂ ਹੁਣ ਇੱਥੇ ਲਾਉਣਾ ਪਊਗਾ। ਭੂ ਕਿਤੇ ਉੱਠ ਅੱਠ ਕੇ ਵੀ ਨਾ ਆ ਜੇ, ਹੁਣ ਤਾਂ ਉਹ ਪਿਆ ਹੈਗਾ, ਜੇ ਆ ਗਿਆ ਸਮਾਰ ਕੇ ਵੱਲ ਗੁੱਤਾਂ ਖਿੱਚ ਦੂ ਸਾਡੀਆਂ ਦੋਨਾਂ ਨੂੰ, ਦੇਖੀ ਜੂ ਫਿਰ। ਲੈ ਭੂਆ ਲਿਆ, ਖੜ ਖੜੇ ਆ ਵਲ ਪੈਰੇ ਵਾਲੇ। ਭੂਆ ਕੁਛ ਹੁੰਦਾ ਤਾਂ ਨੀ ਹਜੇ ਵੀ, ਕੁਛ ਹੁੰਦਾ ਬੇਬਿਕਰੋ ਮੇਰਾ ਨਾਂ ਲੈ ਕੇ ਲਾ ਦੇ। ਭੂਆ ਲਾ ਦੇ, ਆਹੋ ਇੱਕ ਲਾ ਦੇ, ਇੱਕ ਇੱਕੋ ਹੀ ਆ, ਇੱਕ ਤਾਂ ਮੈਂ ਪਿੱਛੇ ਕਰਕੇ ਲਈ ਸੀ ਪਹਿਲੀ, ਕਿਤੇ ਹੋਰ ਨਾ ਪੰਗਾ ਖੜਾ ਹੋ ਜੇ, ਹੁਣ ਕੱਲ ਤਾਂ ਜਰਕਦੇ ਨੇ ਲਾਤਾ ਸੀ। ਐ ਕਰ ਇੱਕ ਐ ਲਾ, ਆ ਮੇਰੇ ਹੱਥ ਤੇ ਲੱਗ ਜੂ, ਤੇਰੇ ਹੱਥ ਤੇ ਨਹੀਂ ਲੱਗਦਾ, ਮੈਨੂੰ ਤਾਂ ਡਰ ਲੱਗਦਾ ਕਿਤੇ ਜੇ ਮੈਂ ਮੇਰੀ ਬੇਬੇ ਵਾਂਗੂ ਹੋ ਗਈ, ਦੇਖ ਲੈ ਜ਼ਮੀਨ ਲੋਟ ਆਉਣਾ। ਹੁਣ ਲਾ, ਚੰਗਾ ਲੈ ਇੱਕ ਲਾ, ਪਾਦਾ ਆਹੋ ਜਾ ਲਾ ਦੇ, ਲਾ ਦੇ ਲਾ ਦੇ, ਕੁਛ ਨਹੀਂ ਹੁੰਦਾ, ਡਰ ਲੱਗਦਾ ਉਹ ਤੂੰ ਲਾ ਦੇ, ਊਂ ਨਾ ਕਿਸੇ ਪਾਸੇ ਲਾ ਦੇ, ਅੱਖ ਮੂੰਹ ਚ ਮੱਥੇ ਤੇ ਲਾ, ਮੱਥੇ ਤੇ ਲਾ ਦੇ, ਲਾ ਦੇ ਲਾ ਦੇ, ਬਸ ਚੱਕ ਦੇ ਤਾਰ।
ਠੀਕ ਹੋ ਜੂ ਬਸ। ਹੁਣ ਤਾਂ ਮਾੜਾ ਜਿਹਾ ਕਰਿਆ, ਕੱਲ ਤਾਂ ਕਿੰਨਾ ਚਿਰ ਬੁੜਕੀ ਵੀ ਆ, ਕੱਲ ਬਾਹਲੀ ਲਾਤੀ, ਹੁਣ ਸਿੱਟ ਹੋ ਜੂ। ਹੁਣ ਹੁਣੀ ਛੇੜ ਕੇ ਦੇਖੀਏ ਕਿ ਖੜ ਕੇ ਛੇੜ ਲਾ, ਬਸ ਠੀਕ ਹੈ। ਤੈਨੂੰ ਕੀ ਪਤਾ ਵੀ ਇਹ ਮਿੰਟ ਕੀ ਠੀਕ ਹੈ? ਆਹੋ ਆਈ ਹੋ ਜਾਂਦਾ ਹੁੰਦਾ ਫਿਰ ਬੀਬੀ ਜੀ ਆ ਬੰਦਾ। ਐਂ ਕਰ ਥੋੜਾ ਜਿਹਾ ਚਿਰ ਸੁੱਤੀ ਰਹਿਣ ਦੇ, ਅੱਜ ਰਸੋਈ ਚ ਫੇਰ ਆਵਾਂਗੇ ਆਪਾਂ। ਉਹ ਨਹੀਂ ਤੇ ਨਹੀਂ ਮੱਖਿਆ, ਦੁਬਾਰੇ ਨਾ ਕਿਤੇ ਕੰਮ ਖਰਾਬ ਕਰ ਲਈਏ। ਹਾਏ ਮੈਨੂੰ ਤੱਡ ਕਰਿਆ ਸੀ, ਮੈਂ ਤਾਂ ਉੱਥੇ ਬੈਠੀ ਸੀ, ਇੱਥੇ ਕਿਵੇਂ ਆ ਗਈ ਮੈਂ? ਹਜੇ ਹਰਪ੍ਰੀਤ ਆ ਕੇ ਤਾਂ ਲੜੂਗੀ, ਮੈਂ ਤਾਂ ਉੱਥੇ ਜਾਂਦੀ ਹਾਂ। ਕਿੱਧਰ ਜਾਂਦੀ ਹੈ ਬੇਬੇ? ਮੈਨੂੰ ਅੱਡ ਕਰਿਆ ਸਰਪ੍ਰੀਤ, ਮੈਂ ਨਹੀਂ ਇੱਥੇ ਆਈ। ਹੈਂ? ਮੈਂ ਇੱਥੇ ਆ ਗਈ, ਘੁੰਮ ਕੇ ਆ ਗਈ, ਉੱਥੇ ਜਾਂਦੀ ਹਾਂ ਮੈਂ। ਤਾਂ ਕੋਲ ਤੇ ਮੰਜੇ ਤੇ ਬਹਿ ਜਾ। ਆਇਆ ਮੰਜੇ ਤੇ ਬਹਿ ਜਾ, ਮੰਜੇ ਤੇ ਬਹਿ ਜਾ, ਮੰਜੇ ਤੇ। ਹਾਂ ਤੂੰ ਮੈਨੂੰ ਅੱਡ ਕਰਿਆ ਸੀ, ਅੱਡ ਤਾਂ ਕਰਿਆ ਸੀ, ਕੋਈ ਨਹੀਂ ਬਹਿ ਜਾ। ਤੂੰ ਬਿਮਾਰ ਹੋ ਗਈ ਸੀ ਕੱਲ, ਕੱਲ ਤੂੰ ਦੌਰਾ ਪੈ ਗਿਆ ਸੀ ਤੇਰੇ। ਦੌਰਾ ਪੈ ਗਿਆ ਸੀ? ਹੋਰ ਸਿਆਣੇ ਹੁਣ ਮੈਂ ਕਹਾਂ। ਹਾਂ ਤੂੰ ਹਰਪ੍ਰੀਤ ਆ ਤੇ ਆਹ ਮਾਇਆ ਲੜਦੀ ਜਿਹੜੀ ਮੇਰੇ ਨਾਲ। ਬੇਬੇ ਤੈਨੂੰ ਹੋ ਕੀ ਗਿਆ ਸੀ, ਭੁੱਲ ਕਿਵੇਂ ਗਈ ਸੀ ਤੂੰ? ਹਾਂ ਮੈਨੂੰ ਤਾਂ ਕੰਮਣੀ ਚੜ ਗਈ ਸੀ ਇੱਕਦਮ। ਕੰਮਣੀ ਚੜ ਗਈ ਸੀ? ਹਾਂ ਪਤਾ ਨਹੀਂ ਬੁਖਾਰ ਚੜ ਗਿਆ। ਨਾ ਪਹਿਲਾਂ ਵੀ ਕਦੇ ਹੋਇਆ ਸੀ ਤੈਨੂੰ ਇਹ? ਪਹਿਲਾਂ ਹੋ ਗਿਆ ਸੀ, ਬਾਅਦ ਚਿਰ ਹੋ ਗਿਆ, ਉਦੋਂ ਹੋ ਗਿਆ ਸੀ। ਅੱਛਾ ਤਾਂ ਕਰਕੇ ਹੋ ਗਿਆ? ਤਾਂ ਕਰਕੇ ਹੋ ਗਿਆ ਮੈਨੂੰ। ਬੇਬੇ ਫਿਰ ਤੈਨੂੰ ਮੈਨੂੰ ਤਾਂ ਐਂ ਲੱਗਦਾ ਹੈ, ਮੈਂ ਤੈਨੂੰ ਇਹ ਕਹਿਤਾ ਸੀ ਨਾ ਵੀ ਮੈਂ ਤੈਨੂੰ ਇੱਥੇ ਬਾਹਾਂ ਵੱਡ ਕਰਕੇ ਜੋ ਤੂੰ ਭੈਣ ਨਾਲ ਗੱਲਾਂ ਕਰਦੀ ਸੀ ਉਹਦਾ ਕਰਕੇ ਤੈਨੂੰ ਟੈਨਸ਼ਨ ਟੂਨਸ਼ਨ ਹੋ ਗਈ, ਉਹਦੇ ਨਹੀਂ ਪੈ ਗਿਆ ਫਿਰ ਤੈਨੂੰ ਦੌਰਾ? ਹੋ ਗਿਆ ਪਤਾ ਮੇਰੇ ਮੈਨੂੰ ਤਾਂ। ਹਾਂ ਤੇ ਇਹਨੂੰ ਤਾਂ ਤੂੰ ਫਿੱਟੇ ਦਿਮਾਗ। ਹਾਂ ਅੱਛਾ ਮੈਨੂੰ ਕੀ ਹੋਇਆ? ਇਹਨੂੰ ਤਾਂ ਤੂੰ ਬੇਬੇ ਕਹਿੰਦੀ ਸੀ। ਹਾਂ ਮੈਨੂੰ ਤਾਂ ਨਾ ਨੇ ਮੈਨੂੰ ਤੂੰ ਭੈਣ ਕਹਿੰਦੀ ਸੀ। ਨਾ ਹਰਪ੍ਰੀਤ ਕਹਿੰਦੀ ਸੀ ਮੈਂ ਤੈਨੂੰ? ਲੈ ਹਰਪ੍ਰੀਤ ਕਿੱਥੇ ਕਹਿੰਦੀ ਸੀ, ਮੈਨੂੰ ਤਾਂ ਤੂੰ ਭੈਣ ਕਹਿੰਦੀ ਸੀ, ਇਹਨੂੰ ਬੇਬੇ ਕਹਿੰਦੀ ਸੀ। ਤੇ ਨਾ ਤੂੰ ਤਾਂ ਕਹਿੰਦੀ ਸਾਡੇ ਘਰ ਦਰਵਾਜ਼ੇ ਚ ਮੈਂ ਸ਼ਬਦ ਨਹੀਂ, ਮੈਂ ਦਰਿਆ ਪਾਉਣ ਜਾਂਦੀ ਆ, ਮੈਂ ਪਨੀਰਾ ਪਾਉਣ ਜਾਂਦੀ ਆ ਪਸ਼ੂਆਂ ਨੂੰ। ਉਹੀ ਝੂਠ ਬੋਲੀ ਜਾਂਦੀ ਆ, ਝੂਠ ਕੇ ਬੋਲਦੀ ਆ। ਹੋ ਗਈ ਸੀ ਮੈਂ ਸਾਡਾ ਫੜ ਫੜ ਰੱਖੀ, ਅਸੀਂ ਤਾਂ ਫੜ ਫੜ ਰੱਖਿਆ ਤੈਨੂੰ। ਹੈ? ਆਹੋ ਹੁਣ ਤਾਂ ਤੈਨੂੰ ਦਵਾਈ ਦਿੱਤੀ ਪਾਈ ਤੋਂ ਮੁੜਾ ਕੇ, ਉਹੀ ਕਹੀ ਜਾਂ ਹਰਪ੍ਰੀਤ ਮੈਨੂੰ ਕੋ ਕਹਿੰਦੀ ਆ? ਲਾਉ ਕੋ ਸਾਨੂੰ ਤੈਨੂੰ ਨਹੀਂ ਪਤਾ ਲੱਗਦਾ ਹੁਣ। ਆਹੋ ਹੁਣ ਤੈਨੂੰ ਪਤਾ ਹੀ ਲੱਗਾ ਬੇਬੇ, ਤੂੰ ਸਾਰਾ ਕੁਝ ਭੁੱਲ ਗਈ। ਭੁੱਲ ਗਈ ਤੇਰੇ ਹੁਣ ਜਾ ਜਾ ਪੈਸੇ ਪੂਸੇ ਜਾ ਜਾ ਤੇਰੇ। ਹਾਂ ਕਿੰਨੇ? 3.5 ਲੱਖ ਆ। ਚਾ ਭੈਣ ਨਾਲ ਗੱਲ ਕਰ ਲਈ ਸੀ? ਕਰ ਲਈ ਭੈਣ ਨਾਲ, ਉਹ ਆਊਗੀ ਅੱਜ, ਅੱਜ ਆ ਜਾਊਗੀ। ਚਲ ਫਿਰ ਤੁਸੀਂ ਵੱਗ ਜਿਓ। ਹਾਂ ਵੱਗ, ਤੇਰੇ ਮੁੰਡੇ ਨੂੰ ਦੱਸ ਦੇ, ਉਹਨੂੰ ਤਾਂ ਪਤਾ ਹੀ ਨਹੀਂ, ਉਹਨੂੰ ਤਾਂ ਇਹ ਬੇਬੇ ਨੂੰ ਦੌਰਾ ਪੈ ਰਿਹਾ, ਉਹ ਤਾਂ ਤੂੰ ਪਈ ਸੀ ਡਿੱਗੀ। ਕਿੱਥੇ ਮੇਰਾ ਮੁੰਡਾ? ਕਿੱਥੇ ਆ ਗਿਆ? ਆ ਅੰਦਰ ਪਿਆ, ਉਹ ਤਾਂ ਵਿਚਾਰਾ ਆਪ ਟੈਨਸ਼ਨ ਚ ਹੋਇਆ ਪਿਆ। ਟੈਨਸ਼ਨ ਚ ਆ ਗਿਆ? ਹਾਂ ਮੈਂ ਭੇਜਦੀ ਹਾਂ ਤੇਰੇ ਕੋਲੇ। ਚੰਗਾ ਭੇਜ ਦੇ। ਕਿ ਅੰਦਰ ਹੀ ਚੱਲੀਏ? ਅੰਦਰ ਹੀ ਵਗ ਜਾ, ਏਸੀ ਚ ਵਗ ਜਾ ਅੰਦਰ। ਆ ਜਾ ਬੇ ਬਾਹਰ ਲੜੂ ਹਰਪ੍ਰੀਤ, ਮੈਂ ਨਹੀਂ ਲੜਦੀ, ਵਗ ਜਾ। ਨਹੀਂ ਲੜਦੀ, ਲੜਦੀ ਨਹੀਂ। ਆ ਜਾ, ਆਹੋ ਵਗ ਜਾ, ਆ ਜਾ ਮੇਰੇ ਨਾਲ ਹੀ ਵਗ ਚੱਲ। ਚੰਗਾ ਵਗ ਜਾ, ਉਹ ਤੂੰ ਬਾਹਰ ਆ ਤੇ। ਆ ਜਾ ਆ ਜਾ ਆ ਜਾ ਅੰਦਰ, ਕੁਛ ਨਹੀਂ ਕਹਿੰਦੀ ਮੈਂ। ਤਾਂ ਭੈਣੇ ਚੰਗਾ ਹੋ ਗਿਆ, ਠੀਕ ਹੋ ਗਈ। ਹੇ ਮਹਾਰਾਜ ਤੂੰ ਸਿੱਟ ਕਰਤੀ ਇਹ, ਜੇ ਇਹਨੂੰ ਕੁਛ ਹੋ ਜਾਂਦਾ ਤਾਂ ਹੋਰ ਪੰਗਾ ਪੈ ਗਿਆ ਸੀਗਾ। ਕੱਲ ਤਾਂ ਕਹਿੰਦੇ ਹੁੰਦੇ ਖੂਹ ਚ ਵੜ ਕੇ ਕਰ ਲਾ, ਉੱਥੋਂ ਵੀ ਨਿਕਲ ਆਉਂਦੀ ਆ। ਤੇ ਮੈਂ ਇਹਨਾਂ ਦੇ ਪੈਸਿਆਂ ਤੋਂ ਕੀ ਲੈਣਾ ਸੀਗਾ, ਮੈਨੂੰ ਕਿਹੜਾ ਮਿਲਣਾ ਸੀ ਕੁਛ ਇਹਨਾਂ ਦੇ ਪੈਸਿਆਂ ਚੋਂ। ਤੇ ਮੈਂ ਤਾਂ ਹੁਣ ਜਾਊਂਗੀ ਹਰਪ੍ਰੀਤ ਨੂੰ, ਕਹਿੰਦੇ ਭੈਣੇ ਮੈਂ ਤਾਂ ਜਾਂਦੀ ਹੁਣ, ਤੇਰੀ ਸੱਸ ਹੋ ਗਈ ਠੀਕ ਆ, ਆਪਦੇ ਪੈਸੇ ਕਢਾਓ ਨਾ ਕਢਾਓ, ਕੁੜੀ ਲਿਜਾਵੇ ਤੁਸੀਂ ਲੋਕ ਖਸਮਾਂ ਨੂੰ ਖਾਓ, ਮੈਂ ਤਾਂ ਆਪਦਾ ਜਾਣੀ ਆ ਲੈ ਕੇ ਝੋਲਾ। ਸੁਣਦੇ ਨੀ? ਓ ਬੇਬੇ ਠੀਕ ਹੋ ਗਈ? ਬੇਬੇ ਠੀਕ ਹੋ ਗਈ? ਹਾਂ ਬੇਬੇ ਠੀਕ ਹੋ ਗਈ। ਆਹੋ ਦਵਾਈ ਕਿੱਥੇ ਦਵਾਤੀ? ਉਹ ਦਵਾਈ ਦਵਾਤੀ ਤਾਈ ਨੇ ਲਿਆਤੀ। ਆ ਜਾ ਬੇਬੇ। ਹਾਂ ਪੁੱਤ ਮੈਂ ਬੇਬੇ,
ਤੂੰ ਠੀਕ ਖਾਓਗੀ? ਮਾਂ ਮੈਨੂੰ ਕਿਉਂ ਆਇਆ ਸੀ ਪੁੱਤਰ? ਕੁਛ ਨਹੀਂ ਸੋਇਆ ਤੈਨੂੰ? ਨਾ ਲੈ ਬੇਬੇ ਤਾਂ ਠੀਕ ਹੋਗੀ ਹੈ? ਉਹ ਦੌਰਾ ਪਿਆ ਸੀ ਬੇਬੇ ਨੂੰ, ਮੇਰੇ ਨੂੰ ਦੌਰਾ ਪਿਆ ਸੀ, ਕੰਮ ਨਹੀਂ ਚੜੀ ਸੀ। ਹੁਣ ਤੂੰ ਠੀਕ ਹੈ? ਮੈਂ ਕੌਣ ਹਾਂ? ਤੂੰ ਪੁੱਤਾ ਮੇਰਾ ਗੁਰਲਾਲ। ਬੱਖਰੀ ਸੋ ਚੈਨਲ ਦੀ ਟੀਮ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਜੋ ਹੁਣੇ ਹੁਣੇ ਤੁਸੀਂ ਸਾਡੀ ਵੀਡੀਓ ਦੇਖੀ ਹੈ, ਤੁਹਾਨੂੰ ਕਿੱਦਾਂ ਦੀ ਲੱਗੀ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ। ਇਹਦਾ ਅਗਲਾ ਐਪੀਸੋਡ ਜ਼ਰੂਰ ਦੇਖਣਾ। ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ, ਕਮੈਂਟ ਕਰੋ, ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਵੱਖਰੀ ਸੋਚ ਚੈਨਲ ਤੇ ਜਿਨ੍ਹਾਂ ਵੀਰਾਂ ਤੇ ਭੈਣਾਂ ਨੇ ਸਾਨੂੰ ਸੋਹਣੇ ਸੋਹਣੇ ਕਮੈਂਟ ਕੀਤੇ, ਅਸੀਂ ਨਾਮ ਬੋਲਣ ਜਾ ਰਹੇ ਹਾਂ। ਰੇਖਾ ਸ਼ਰਮਾ, ਧਰੁਵਿਕਾ ਸ਼ਰਮਾ, ਅਨੈਤ ਸ਼ਰਮਾ, ਸਿਮਰਨਪ੍ਰੀਤ ਕੌਰ ਫੱਲੇਵਾਲ, ਜਿੰਦਰ ਕੌਰ ਦਾਹਰੀ, ਐਸ ਪੀ ਖੋਸਾ ਹਨੁਮਾਨਗੜ੍ਹ ਰਾਜਸਥਾਨ, ਬਲਵਿੰਦਰ ਸਿੰਘ ਚਾਨਾ, ਵੀਰਪਾਲ ਕੌਰ ਚਾਨਾ, ਰਾਮਗੜੀਆ ਰਤੀਆ ਹਰਿਆਣਾ, ਰਵਿੰਦਰ ਕੌਰ ਗੁਰਸਾਣਾ ਮੰਡੀ, ਬਲਜਿੰਦਰ ਸਿੰਘ, ਆਇਸ਼ਾ ਭੁੱਲਰ, ਅਮਾਇਸ਼ਾ ਭੁੱਲਰ, ਜੁਗਰਾਜ ਭੁੱਲਰ, ਗੀਤਾ ਲੁਧਿਆਣਾ, ਕੁਲਵਿੰਦਰ ਕੌਰ ਨਾਗਰਾ, ਅਮਰ ਸਿੰਘ ਪਟਿਆਲਾ, ਹੈਪੀ ਜੋਸ਼ੀ, ਡਾਕਟਰ ਰਣਜੀਤ ਸਿੰਘ ਖੰਗੂੜਾ, ਲਤਾਲਾ ਲੁਧਿਆਣਾ, ਕੈਲਗਰੀ ਕੈਨੇਡਾ, ਕੁਲਵੀਰ ਗਿੱਲ ਖੰਨਾ, ਨਿਰਮਲਜੀਤ ਸਿੱਧੂ, ਚਹਿਲ ਸ਼ੇਰੂ, ਮਨਜੀਤ ਨੰਦਾ, ਰੋਮੀ ਦਰਸ਼ਨ ਸਿੰਘ ਗੁਰਸਾਣਾ ਮੰਡੀ ਰਾਜਸਥਾਨ, ਅਨੀਤਾ ਰਾਣੀ, ਰਿਸ਼ਪਾਲ ਕੌਰ, ਗੁਰਦੀਪ ਸਿੰਘ ਦਿਓ, ਨਾਮਸੋ ਦੀਪਾ, ਜਗਮੀਤ ਸਲਵਾਰਾ, ਬਾਬਾ ਫੈਮਿਲੀ, ਬਲਦੇਵ ਸਿੰਘ ਸਿੱਧੂ, ਬਬਲੀ ਸ਼ਰਮਾ, ਰਵਿੰਦਰ ਕੌਰ, ਰਾਮਾ ਮੰਡੀ ਜਲੰਧਰ, ਰਾਣਾ ਰਹਿਰੀ, ਰਾਜ ਰਾਣੀ, ਹਰਵੰਸ ਸਿੰਘ ਖੁਰਾਣਾ, ਭਿੱਖੀ, ਲਵ ਥਾਪਰ, ਸੁਖਵੰਤ ਕੌਰ, ਸਾਦਿਕਾ ਸ਼ਰਮਾ, ਸੁਖਜੀਤ ਕੌਰ, ਭਗਵਾਨ ਦਾਸ। ਜਿਨ੍ਹਾਂ ਵੀਰਾਂ ਅਤੇ ਭੈਣਾਂ ਨੇ ਸਾਨੂੰ ਸੋਹਣੇ ਸੋਹਣੇ ਕਮੈਂਟ ਕੀਤੇ ਹੈ, ਕਮੈਂਟ ਕਰਨ ਲਈ ਬਹੁਤ ਬਹੁਤ ਧੰਨਵਾਦ। ਜਿਨ੍ਹਾਂ ਵੀਰਾਂ ਅਤੇ ਭੈਣਾਂ ਦੇ ਨਾਮ ਬੋਲਣ ਨਹੀਂ ਰਹਿ ਗਏ, ਅਸੀਂ ਦੂਸਰੀ ਵੀਡੀਓ ਦੇ ਵਿੱਚ ਜ਼ਰੂਰ ਬੋਲਾਂਗੇ। ਸਾਨੂੰ ਕਮੈਂਟ ਕਰਨ ਲਈ, ਸਾਨੂੰ ਸੁਝਾਓ ਦੇਣ ਲਈ, ਸਾਡੀ ਸਪੋਰਟ ਕਰਨ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।